ਭਾਈ ਗੁਰਸ਼ਰਨ ਸਿੰਘ ਜੀ ਲੁਧਿਆਣਾ ਵਾਲਿਆਂ ਦੀ ਰਸ ਭਿੰਨੀ ਆਵਾਜ਼ ਵਿੱਚ ਹਰ ਵੇਲੇ ਕਥਾ ਕੀਰਤਨ ਅਤੇ ਸਿਮਰਨ ਦਾ ਆਨੰਦ ਮਾਣਨ ਲਈ ਭਾਈ ਗੁਰਸ਼ਰਨ ਸਿੰਘ ਜੀ ਆਫੀਸ਼ੀਅਲ ਚੈਨਲ YouTube ਨੂੰ ਸਬਸਕ੍ਰਾਈਬ ਕਰੋ ਅਤੇ ਨਵੇਂ ਕੀਰਤਨ ਵੀਡੀਓਜ਼ ਲਈ ਬੈਲ ਆਈਕਨ ਨੂੰ ਜ਼ਰੂਰ ਦਬਾਓ ਅਤੇ ਆਲ ਨੂੰ ਸਿਲੈਕਟ ਕਰੋ ਇਸ ਨਾਲ ਹਰ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਦੇ ਮੋਬਾਈਲ ਤੇ ਆਏਗਾ ਫਿਰ ਤੁਸੀਂ ਉਸ ਦਾ ਆਨੰਦ ਮਾਣ ਸਕਦੇ ਹੋ ਵਾਹਿਗੁਰੂ ਸਾਹਿਬ ਜੀਓ ਜੀ जब जी साहिब एक ओंकार सतनाम करता पुरख निरपौ निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच सोचे सोच न होवई जे सोची लख वार भुखिया भुख न उतरी जे बन्ना पूरियां पार किव सचियारा हुई है किव कूड़े टुटे पाल हुक्मी होवन आकार हुक्म न कहा जाई हुक्मी उत्तम नीच हुक्म लिख दुख सुख पाई है हुक्मे अंदर सब को बाहर हुक्म न कोई गावे को तान होवे किसे तान गावे को दाद जाने निशान गावे को साज करे तन खे गावे को जी ले फिर दे कथना कथी न आवे तोट कत कत कथी कोटी कोट कोट हुक्मी हुक्म चलाए राहो नानक विकसे वे परवाहो आखे मंगे दे दे दात करे दातार मोह के बोलन बोलिए जित सुन तरे प्यार करमी आवे कपड़ा नदरी मोख द्वार थापिया न जाए कीता न होए आपे आप निरंजन सोए गाविए सुनिए मन रखिए पाओ दुख पर हर सुख कर ले जाए गुर ईश्वर गुर गोरख ब्रह्मा गुर पार्वती माई गुरा एक दे बुझाई सबना जिया का एक दाता सो मैं विसरना जाई जेती सिर ठोपाई वेखा विण करमा कै मिले लई गुरा एक दे बुझाई सबना जिया का एक दाता सो मैं विसरना जाई नवा खंडा वे जानिए नाल चले सब कोए जे तिस नजर न आवे ता वात न पुछे के अंदर कीट कर दोषी दोष करे नानक निर्गुण गुण करे गुणवंत या गुण दे एहा कोई न सुजे जे तिस गुण कोई करे सुने सिद्ध पीर सुरनाथ सुने धरत धवल आकाश सुने दीप लोक पाताल सुने कोई न सके काल नानक भगतां सदा विगास सुने दुख पाप का नाश सुने सुने जोग जुगतन भेद सुने सास सिमरत वेद सुने सत संतोख ज्ञान सुने चटका इशनान नानक भगत सदा विगास सुने दुख पाप का नाश सुने अंधे पावे राव सुने हाथ होवे असगाव मन्ने की गत कही न जाए जे को कह पिछे पछताए ऐसा नाम निरंजन होए जे को मन जाने मन कोए मन्ने मोह चोटा ना खाए मन्ने जमके साथ ना जाए मन्ने मारक ठाक न पाए मन्ने पत स्यों प्रगट जाए ऐसा नाम निरंजन होए जे को मन जाने मन कोए मन्ने तरे तारे गुरसिख मन्ने नानक पवे न पेख पंच परवान पंच प्रधान पंचे पावे दरगे मान जे को कह करे विचार करते कह करने नाई सुमार
ਆਖਿਆ ਜਿਨ ਸੁਣੈ ਜੇ ਕੋ ਬੁਝੈ ਹੋਵੇ ਸਚਿਆਰ ਧਵਲੇ ਉਪਰ ਕੀਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਦਿਸੈ ਪਾਰ ਥਲੇ ਕਮਣ ਜੋ ਜੀਏ ਜਾਤ ਰੰਗਾ ਕੇ ਨਾਉ ਸਭਨਾ ਲਿਖਿਆ ਉੜੀ ਕਲਾਮ ਜੋ ਲੇਖਾ ਲਿਖ ਜਾਣੈ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਾਲੇ ਉਹ ਰੂਪ ਕੀਤੀ ਦਾ ਜਾਣੇ ਕੌਣ ਕੂਤ ਕੀਤਾ ਬਸਾਉ ਏਕੋ ਕੁਆਉ ਤਿਸਤੇ ਹੋਇ ਲਗ ਜਰਿਆ ਕੁਦਰਤ ਕੌਣ ਕਹਾ ਵਿਚਾਰ ਵਾਰਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਹੀ ਪਲਿਕਾ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਗ ਦਾਤਾਰ ਸੰਖ ਸੂਰ ਮੋਖ ਅਕਸਾਰ ਸੰਖ ਮੋਲ ਲਿਵ ਲਾਇ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਹੀ ਪਲਿਕਾ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਘੋਰ ਸੰਖ ਚੋਰ ਹਰ ਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਅਸੰਖ ਕੂੜਿਆਰ ਕੂੜੇ ਫਿਰਾਏ ਸੰਖ ਮਲੇਸ਼ ਮਲ ਪਾਖਾਏ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਕਰਾ ਸੇ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਿਰ ਨਾਏ ਜੇ ਫਰਮਾਏ ਤੇ ਉਤੇ ਪਾਏ ਤੇਤਾ ਜੀਤਾ ਤੇਤਾ ਨਾਉ ਵਿੰਡਾ ਵੈ ਨਾਹੀ ਕੋਤਾ ਕੁਦਰਤ ਕੌਣ ਕਹਾ ਵਿਚਾਰ ਵਾਰਨ ਜਾਵਾਂ ਏਕ ਵਾਰ ਜੋ ਤੁਧ ਪਾਵੈ ਸਹੀ ਪਲਿਕਾ ਤੂੰ ਸਦਾ ਸਲਾਮਤ ਨਿਰੰਕਾਰ ਪਰੀਏ ਹੱਥ ਪੈਰ ਤਾਂਦੇ ਪਾਣੀ ਤੋਤੇ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੁਣ ਲਈਏ ਉਹ ਤੋਏ ਪਰੀਏ ਮਤ ਪਾਪਾ ਕੈ ਸੰਗ ਉਹ ਤੋ ਪਹਿਨਾ ਵੈ ਕੈ ਰੰਗ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਖਾਓ ਨਾਨਕ ਹੁਕਮੀ ਆਓ ਜਾਓ ਕੀਰਤ ਤਪ ਦਿਆ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲਨਾਓ ਸਭ ਗੁਣ ਤੇਰੇ ਹੈ ਨਾਹੀ ਕੋਈ ਬਿਲਗੁਣ ਕੀਤੇ ਭਗਤ ਨਾ ਹੋਏ ਸਵਸਤ ਆਤ ਬਾਣੀ ਬਰਮਾਓ ਸਤ ਸਵਾਣ ਸਦਾ ਮਨ ਚਾਓ ਕਵਣ ਸੁਵੇਲਾ ਵਕ ਕਵਣ ਕਵਣ ਜਿਤ ਕਵਣ ਵਾਰ ਕਵਣ ਸੇ ਰੋਤੀ ਮਹ ਕਵਣ ਜਿਤ ਹੋਆ ਆਕਾਰ ਵੇ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਇਤਵਾਰ ਨਾ ਜੋਗੀ ਜਾਣੇ ਰੁਤਮਾ ਨਾ ਕੋਈ ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਰ ਆਖਾ ਕੇ ਸਲਾਹੀ ਕਿਉਂ ਵਰਨੀ ਕਿਲ ਜਾਣ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋ ਹੈ ਓੜਕ ਓੜਕ ਪਾਲ ਥੱਗੇ ਵੇਦ ਕਹਿਣ ਇੱਕ ਵਾਤ ਲੇਖਾ ਹੋਏ ਤਾਂ ਲਿਖੀਏ ਲੇਖੇ ਹੋਏ ਵਿਨਾਸ ਸਾਲਾਹੀ ਸਾਲਾਹੀ ਤੀ ਸੁਰਤ ਨਾ ਪਾਈਆਂ ਸਮੁੰਦ ਸ਼ਾਹ ਸੁਲਤਾਨ ਗਿਰਹਾਂ ਸੇਤੀ ਮਾਲਤਾਨ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਥਮਾਏ ਕਿਤੇ ਖੱਪ ਟੁੱਟੇ ਬੇਕਾਰ ਕਿਤੇ ਲੈ ਲੈ ਮੁੱਕਰ ਪਾਏ ਕਿਤੇ ਮੂਰਖ ਖਾਈ ਖਾਏ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਏ ਆਪੇ ਜਾਣੇ ਆਪੇ ਦੇ ਆਖੇ ਸੇ ਬਿਕਹੀ ਕੇ ਅਮੁੱਲ ਗੁਣ ਅਮੁਲਵਾ ਪਾਰ ਅਮੁਲਵਾ ਪਾਰੀ ਅਮੁੱਲ ਭੰਡਾਰ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਇੱਥੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ ਪਾਵੇ ਤੇ ਬੜੇ ਹੋਏ ਨਾਨਕ ਜਾਣੇ
साचा सोई। जे को आखे बोल बिगाड़ तां लिखे सिर गावा रंग आवार। सो दर के आ सो कर के आ जित पै सर्व समाई। वाजे नाद अनेक संखां केते वावण हारे। केते राव प्रीसो कईल केते गावण हारे। गावे तोनो पौन पानी बै संतर गावे राजा धर्म द्वारे। गावे चित गुवत लिख जाने लिख लिख धर्म विचारे। गावे ईश्वर ब्रह्मा देवी सोहन सदा सवारे। गावे इंद्रासन बैठे देव त्या दर नाले। गावे सित समाधि अंदर गावन साध विचारी। गावन पंडित पण रखी सर जुग जुग वेदा नाले। गावन रतन उपाय तेरे अठ सठ तीर्थ नाले। गावे खंड मंडल वर पंडा कर कर रखे तारे। गावे जो तुर पावन रखे तेरे भगत रसाले। और केते गावन से में चितन आवन नानक क्या विचारे। मैं भी होसी जायन जासी रचना जिन रचाई। रंगी रंगी पाती कर कर जिनसी माया जिन कर कर वेखे कीता अपना जिव तिस दी वड्याई। जो तिस पावे सोई करसी हुकम ना करना जाई। सो पातशाह सा पातशाह नानक रहन रजाई। किंता काल कुआरी कायन जुगत डंडा प्रतीत। आई पंती सगल जमाती मन जी ते जाई। आदेश से आदेश याद नील नाद नाह जुग जुग एको वेस। ज्ञान दया पंडारन कट कट वाजे नाल। आप नाथ नाथी सब जाकी रिद्ध सिद्ध अवरा साध। योग योग विकार चलावे लेखे आवे पाल। आदेश से आदेश याद नील नाद नाह जुग जुग एको वेस। माई जुगत व्याई तीन चेले परवान। एक संसारी एक पंडारी कलाए दीवान। पावे तिवे चलावे जिहो वे फुरमान। ऊ वेखे उन नदर न आवे बहुता ए विडान। आदेश से आदेश आद नील नाद नाह जुग जुग एको वेस। आसन लोए लोए पंडार जो किच पाए स्वे कावार। आदेश से आदेश आद अनिल अनाद अनाहत जुग जुग एको वेस। लख लख गेड़ा आखिए एक नाम जगदीश। सुन गल्ला आकाश की कीटा आई रीस। आखण जोर चुपे ने जोर जोर न मंगण दे न जोर। जोर न जीवन मर न जोर जोर न राज माल मन। जोर न सुरति ज्ञान विचार जोर न जुगति छुड़े संसार। जिस हाथ जोर कर वेखे सोए नानक उत्तम बीज। रातनि रोते थिति वार पौन पानी अग्नि पाताल। जिस धरती थाप रखी धर्मसार तिस वि जी जुत के रंग दिन के नाम अनेक रंग। कर्मी कर्मी होए विचार सच्चा आप सच्चा दरबार। पच पकाई ओथे पाए नानक गया जा पे जाए। केते पौन पानी वैसंतर केते कान महेश। केतिया करम भूमि मेर केते केते धूप देश। चंद सूर केते केते मंडल देश। केते सिद्ध बोध नाथ केते केते देवी वेश। केते देव दान मुन केते केते रतन समुद्र। केतिया खानी केतिया बाणी केते पात नरेंद्र। केतिया सुरति सेवा केते नानक अंतरंग। ज्ञान खंड में ज्ञान प्रचंड तिथे नाद विनोद कोड आनंद। ताकिया गल्ला कथिया ना जाए जे को कह पिछे पछताए। करम खंड की बाणी जोर तिथे होर न कोई होर। तिथे सीतो सीता में माए ताके रूप नकत ने जाए। तिथे भगत वसे के लो करे आनंद सच्चा मन सोए। तिथे खंड मंडल वर पांडे जे को कदे दांत नांत। विखे विगसे कर विचार नानक कथना करड़ा सार। पाओ खला अगन तपताओ भांडा पाओ अमृत टाल। करम तिन कार नानक नदरी नदर निहार। श्लोक पवन गुरु पाणी पिता माता तत महत। नाया सर्व जगत।
ਚੰਗੀਆਂ ਆਈਆਂ ਬੁਰੀਆਂ ਆਈਆਂ ਵਚ ਧਰਮ ਹਦੂਰ ਕਰਮੀਆਂ ਕੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਪਾਤਸ਼ਾਹੀ ਦਸਵੀਂ ਕਵਿਓ ਪਾਤਸ਼ਾਹੀ ਦੀ ਚੋਪਈ ਹਮਰੀ ਕਰੋ ਹਾਥ ਦੈ ਰਚਾ ਪੂਰੇ ਹੋਏ ਚਿਤ ਦੀ ਇੱਛਾ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸਬੈ ਤੁਮ ਕਾਬੋ ਆਪਾ ਦੇ ਹੋਏ ਬਚਾਓ ਸੁਖੀ ਬਸੈ ਮੋਰੋ ਪਰਿਵਾਰਾ ਸੇਵ ਸਿੰਘ ਸਬੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਬੈ ਰਨ ਕੋ ਆਸ ਕਰੀਐ ਪੂਰਨ ਹੋਏ ਹਮਾਰੀ ਆਸਾ ਲੰਗੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਤਿਆਉ ਜੋ ਬਚਾਉ ਸੁਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੇ ਉਬਰੀਐ ਮਰਨ ਕਾਲ ਕਾ ਤ੍ਰਾਸ ਗਵਰੀਐ ਪੂਜੋ ਸਦਾ ਹਮਾਰੇ ਪਛਾ ਸ਼੍ਰੀ ਸਤੁਤਿਓ ਕਰਿਓ ਰਚਾ ਰਾਖ ਲਿਓ ਮੋਇ ਰਾਖਨ ਹਾਰੇ ਸਾਰੇ ਸੰਸਾਰੇ ਪਿਆਰੇ ਦੀਨ ਬੰਧੁ ਸੰਤ ਕੇ ਹੰਤਾ ਓ ਪੁਰੀ ਚਤਰ ਦਸਤੰਤਾ ਕਾਲ ਪਾਏ ਬ੍ਰਹਮਾ ਭਵਤਰਾ ਕਾਲ ਪਾਏ ਸ਼ਿਵ ਜੀਵ ਭਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੁਠੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈ ਜਗ ਛਨ ਬੁਝਾਇਓ ਆਦ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਜਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਕਟ ਕਟ ਕੇ ਪਟ ਪਟ ਕੀ ਜਾਣੈ ਜਾ ਬੁਧ ਕਰ ਖਕਰਾ ਕਰ ਤਾਰਾ ਨਿਰੰਕਾਰ ਨਿਰਕਾਰ ਨਿਰਲੰਬ ਤਾਕਾ ਮੂੜ ਉਚਾਰਤ ਪੇਦਾ ਜਾਕੋ ਪੇਵ ਨ ਪਾਵਤ ਵੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਪੇਵ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨੈ ਪੇ ਆਪ ਆਪਣੀ ਬੁਧ ਹੈ ਜੇਤੀ ਵਰਨਕ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੈ ਬਿਰ ਸਜਾ ਪ੍ਰਥਮ ਸੰਸਾਰਾ ਏਕ ਹੈ ਰੂਪ ਅਨੂਪ ਸਰੂਪਾ ਰੰਗ ਪਇਓ ਰਾਗ ਕਈ ਕੂਪਾ ਅੰਡਜ ਜੇਰਜ ਸੇ ਤਜਕੀਨੀ ਉਤਪੁਜ ਖਾਨ ਬੋਰ ਰਜਤੀਨੀ ਕੋ ਫੂਰ ਰਾਜਾ ਹੈ ਬੈਠਾ ਕੋ ਸਮਰਥ ਪਇਓ ਸੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਬਵ ਆਜੁਗਾਰ ਸਰੂਪ ਸਿਅੰਬਵ ਅਬ ਰੱਛਾ ਮੇਰੀ ਤੁਮ ਕਰੋ ਸੇਕੋ ਵਾਰ ਸਿੱਖ ਸੰਗਰੋ ਦੁਸ ਜਿਤੇ ਉਠਵਤ ਉਦਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਆਸਤੁ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਰਤ ਹੋਇ ਮਰੇ ਪੁਰਖ ਜੋਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਆਕੇ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਬਲੇ ਤਤਕਾਲਾ ਕਿਰਪਾ ਦ੍ਰਿਸਤਨ ਜਾਏ ਨਿਹਰ ਹੋ ਆਕੇ ਤਾਪ ਨਕ ਮੋ ਹਰੋ ਰਿੱਧ ਸਿੱਧ ਕਰ ਮੋ ਸਭ ਹੋਈ ਦੁਸ਼ਟ ਛਾਛ ਛੇ ਸਕੇ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਪਾਸੇ ਤਾਈ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰੇ ਦੁਸ਼ਟ ਲੋਕ ਤੇਰਾ ਖੜਗ ਕੇਤ ਮੈਂ ਸ਼ਰਣ ਤਿਹਾਰੀ ਆਪ ਹਾਥ ਦੇ ਲਿਓ ਵਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਲੋਕ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਵਾਹਿਗੁਰੂ
रसना वाहेगुरु जपे सुरत तुहाडी वाहेगुरु सुने
इस जग में आए क्या तुद कर्म कमाया, इस जग में आए ਕਿੰਨੀ ਵੱਡੀ ਗੱਲ ਬਣ ਗਈ। ਐਡੇ ਵੱਡੇ ਸਥਾਨ ਤੇ ਤੁਸੀਂ ਬੈਠੇ ਹੋ ਗੁਰੂ ਨਾਨਕ ਸਾਹਿਬ ਦੇ, ਗੁਰੂ ਨਾਨਕ ਸਾਹਿਬ ਤਖਤ ਤੇ ਬੈਠੇ ਨੇ, ਭਵਨ ਬਣਾਇਓ ਗੁਰੂ ਨਾਨਕ ਦੀ ਸੰਗਤ ਦੇ ਵਿੱਚ ਬੈਠ ਕੇ, ਗੁਰੂ ਨਾਨਕ ਦੇ ਸਨਮੁਖ ਬੈਠ ਕੇ ਸਰੀਰ ਨੂੰ ਪੁੱਛ ਰਹੇ ਹਾਂ ਅਸੀਂ, ਆਖੋ ਸਤਨਾਮ ਪੁੱਛ ਰਹੇ। ਕਈ ਵਾਰੀ ਕੋਈ ਵੱਡਾ ਬੰਦਾ ਬੈਠਾ ਹੁੰਦਾ, ਉਹਦੇ ਸਾਹਮਣੇ ਜਦੋਂ ਪੁੱਛ ਗਿੱਛ ਹੋਵੇ ਨਾ, ਫਿਰ ਨਿੱਕੇ ਨੂੰ ਸ਼ਰਮ ਆ ਜਾਂਦੀ, ਫਿਰ ਜਵਾਬਦੇਹੀ ਹੁੰਦੀ ਆ, ਵੱਡਾ ਬੈਠਾ ਮੈਂ ਜਵਾਬ ਦੇਣਾ। ਹੁਣ ਗੁਰੂ ਨਾਨਕ ਸਨਮੁਖ ਬੈਠੇ ਨੇ, ਆਪਣੇ ਆਪਣੇ ਸਰੀਰ ਨੂੰ ਪੁੱਛੋ ਕੀਤਾ ਕੀ ਹੈ, ਦੱਸ ਦੱਸ ਮਾਲਕ ਹੁਣ ਬੈਠੇ ਨੀ, ਦੱਸ ਦੱਸ ਮਾਲਕ ਬੈਠੇ ਨੀ। ਹੇ ਸਰੀਰਾ ਮੇਰਿਆ, ਹੇ ਸਰੀਰਾ ਮੇਰਿਆ, ਹੇ ਸਰੀਰ जग में आए हैं था तुद कर्म कमाया, इस जग में आए क्या तुद कर्म कमाया, ए शरीरा मेरे आ, ए शरीरा मेरे आ, ए शरीरा ਕਰਮ ਕਮਾਇਆ ਤੁਦ ਸ਼ਰੀਰਾ, ਕੇ ਕਰਮ ਕਮਾਇਆ ਤੁਦ ਸ਼ਰੀਰਾ, ਜਾਂ ਤੂੰ ਜਗ ਮੈਂ ਆਇਆ, ਜਾਂ ਤੂੰ ਜਗ ਹਰ ਤੇਰਾ ਰਚਨ ਰਚਿਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੁਰਬ ਲਿਖਿਆ ਪਾਇਆ, ਪੁਰਬ ਲਿਖਿਆ ਪਾਇਆ, ਕਹਿ ਨਾਨਕ ਉਹ ਸਰੀਰ ਪਰਵਾਨ ਹੋਆ, ਕਹਿ ਨਾਨਕ ਉਹ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ, ਜਿਨ ਸਤਿਗੁਰ ਸਿਉ ਚਿਤ ਲਾਇਆ, ਏ ਸਰੀਰਾ ਮੇਰਿਆ, ਏ ਸਰੀਰਾ ਮੇਰਿਆ, ਏ ਸਰੀਰਾ ਮੇਰਿਆ, ਏ ਸਰੀਰਾ ਮੇਰਿਆ, ਏ ਸਰੀਰਾ ਜਗ ਮੈਂ ਆਏ ਕੈ।
खुद कर्म कमाया इस जग में आए क्या खुद कर्म साहिब सिर ते हाथ रख के सेवा ले रहे ने कि ऐसा प्रकरण है सत्संग इस प्रकरण दे राही सानू एक ज्ञान हो जाएगा कि साडे शरीर दे जितने अंग ने कर की रहे ने आखो सतनाम इनू करण दा की उपदेश सी करी की जा रहे कहते इनू केड़े काम करन दा उपदेश सी ते करी की जा रहे। पिछले दिनां दे विच सतगुरु जी ने सिर ते हाथ रख सेवा लई नेत्रां दे उपर क्योंकि शरीर दा अपना कोई वजूद नहीं सारे अंगां दे सुमेल तो बनता जे शरीर आखो सतनाम जो असी शरीर लफ्ज वरतते हैं उस शरीर लफ्ज दे विच ही अखां आ गईयां कन आ गए नक आ गई रसना आ गई खोपड़ी आ गई हथ आ गए पैर आ गए जो तो आपां कहिंदे शरीर शरीर का मतलब सारे अंग ते मालक ने फिर एक एक अंग नू संबोधन इत्थे नहीं कीता गुरु अमरदास महाराज ने इह मालक ने सिद्धा शरीर नू कहता ते सिद्धा शरीर नू कहण दा मतलब की सी एक एक अंग नू एक एक अंग नू साध संगत उहदी जिम्मेवारियां दस रहे कहिंदे इस शरीरा मेरे इस जग में आए कि क्या तुद कर्म कमाया इत्थे हुण अखां नू वखरा नहीं हत्थां नू वखरा नहीं पैरां नू वखरा नहीं कन्नां नू वखरा नहीं सब नू सांझा उपदेश हो गया एक उपदेश दे विच सारियां नू सांझा उपदेश सारे इंद्रियां नू सांझा उपदेश सारे अंगां नू सांझा उपदेश ते गुरबाणी दी रोशनी दे विच असी एक एक अंग दी ड्यूटी एक एक अंग दे कर्म जिहड़े ने उह विचारांगे ते साहिब ने सेवा लई पिछले दिनां दे विच नेत्रां दे उपर क्योंकि बहुतात सात संगत जिहड़ा 80% कह लो या 70% कह लो 70% के करीब चीजा सात संगत अखां दे राहीं अंदर जांदियां सन। हुण दूसरा अहम अंग जिहड़ा अज सतगुर सेवा लै रहे ने वह है जबान जेबा यह रसना जीभ इहदा की काम सी ते करी की जांदी पई साहब ने खुले उपदेश सात संगत इस जेबा बारे सानू दसे कहिंदे बंदिया समझा अपनी जेबा नू समझा दस इहदा कर्म की है दस इहदा कर्म अज साहब कृपा करन आओ आ जिहड़ा दूजा अंग यह भी बड़ा अहम रोल अदा करदा है जीवन दे यह भी बड़ा रोल अहम अदा करदा है यह जेबा जबान बड़ा वड्डा रोल अदा कर दी है बड़ा वड्डा रोल देखिए तो सही एनालाइज तो करिए कि गुरु दे के मुताबिक मेरी जबान चल रही है मेरी जबान गुरु दे के मुताबिक काम कर रही है जे कर रही है मुबारक शुक्र करो शुक्र नहीं कर रही तो अज इस दीवान दे विचों इस बारगाह दे विचों साध संगत आ बख्शिश लैके जाना बख्शिश ले शरीरा मेरिया ए शरीरा मेरिया ए शरीरा मेरिया
धर्म कमाया इस जग में आए के बोलो वाहेगुरु 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 बाबा बोलिए पत होए बोलिए पत होए बाबा बोलिए पत होए बोलिए पत होए बोलिए पत होए बाबा बोलिए पत होए बोलिए पत होए साहिब कहंदे ने इस जबान तो ओ कुछ बोल कि तेरी पत रह जाए तेरी पत बच जावे इज्जत तेरी वध जावे गुरु नानक दी बारगाह दे विच सच्चे रब दे घर तेरी इज्जत नू होर चार चंद लगण मालक कहिंदे ने आ ज्ञान दे बाबा बोलिए पत होए बोली है पत होए बाबा बोली है पत होए बोली है पत होए उत्तम से दर उत्तम कही है उत्तम से दर उत्तम कही है नीच करम बहरो क्या कमाल दे बोलने सासन कहते बाबा बोलना क्या कही है ये जबान मिली है कुछ ना कुछ तो बोलेगी ना ये जबान मिली है जबान का काम है बोलना कुछ ना कुछ चंगा माड़ा कुछ ना कुछ तो बोलेगी साहब कहते बोल तेनू बोलन को मना नहीं कर रहा पर ओ कुछ बोली ओ कुछ बोली जिस बोलन दे करके तेरी पत टकी जावे पत टकी जावे तेरे बोल ओ कपड़े बन जान जेड़े तेरी इज्जत टकन उत्तम से दर उत्तम कही है कहंदे ओ उत्तम ने उत्तम से दर उत्तम कही है जेड़े दर ते उत्तम कहे जानगे आखो सतनाम जेड़े उस दर ते उत्तम कहे जानगे ओही उत्तम ने बड़े ध्यान नाल सुनियो असी कहने तू भावे पढ़ता रहा सारी सारी रात पढ़ता रहा सारा सारा दिन पढ़ता रहा सारा दिन सारा हफ्ता सारा महीना सारा साल पढ़ता रहा बस अंतर रिजल्ट दस रिजल्ट का फेल है आखो सतनाम तेरे पढ़ाई नू की लेना तेरी पढ़ाई नू की लेना तेरिया रातां जागे नू की लेना जे तू लास्ट फेल ही हो गया साहब कहते जे दर ते तू उत्तम नहीं गिणिया गया दर ते जे तेरे उपर उत्तम दी मोर नहीं लगी फिर तेरे बोला नू की करना तेरे बोला कहते उत्तम से इत्थे भावे जितने मर्जी उत्तम बनन की कोशिश कर लो उत्तम बनन की कोशिश कर लो साहब कहते जब तक उस बारगाह च उत्तम दी मोर नहीं लगेगी तू उत्तम नहीं उत्तम से दर उत्तम कही है कहते नीच करम बहरोए कहते जेड़े नीच कर्म वाले नीच बोल बोलन वाले माड़े बोल बोलन वाले अगे सारे हुण सत्संग जेबा दे उपर ही कम चलेगा बड़ा वड्डा रोल अदा करदी है जेबा
नीच कर्म बह रोए और जिन्होंने ओ बोल बोले सन जेड़े मालक दी निगाह च नीच सन उन्हूं हर थां ते रोना ही पिया हर थां ते रोना ही पिया हर थां ते रोना ही पिया ओ शरीर च सन तावी रोना पिया शरीर तो बाहर निकले बारगाह च पहुंचे ने जिथे इहदा असल टिकाणा है आ पेका घर है सत्संग पेके कोई नहीं वसदा दुनिया पेका घर है सौरे वजना है सिया को सतनाम सौरे सौरे वजना है ते ध्यान देना जदों सौरे वजांगे जे इत्थे माड़े बोल बोलदे रहे इत्थे भी रोंदे रवांगे ते गां जाके भी रोंदे रवांगे आखो सतनाम ताई ता साहब समझा रहे ने केड़े बोल बोलेंगे बाबा बोलिए पत होए बोली है पत होए बाबा बोली है पत होए बोली है पत होए उत्तम से दर उत्तम कही है उत्तम से दर उत्तम कही है नीच कर्म भैरो बाबा बोलिए पत होए बोलिए पत होए बाबा बोलिए पत होए कईयां दे बोल ऐसे होंदे ने जेड़ा दुनिया सत्संग दूरों दूरों सुनन आंदी ऐसे बोल जेड़े तपते हिरदियां नूं भी ठार देंदे ने कलपिया कोई बैठा होवे दुखी बैठा होवे तुसीं देखो जेड़े गुरमुख बोल बोलदे ने गुरमुख उन्हां दे अम्मियों चले झरने अमृत दे झरने उन्हां दी रसना तो वहिंदे ने रसना तो वहिंदे अमृत दे झरने ते अमृत दे झरने वहिंदे ते जदों दूसरे दे उपर सत्संग ओ भी ठंडा हो जाए कितना कलपिया बंदा बैठा होवे कितना भी सत्संग सड़िया बंदा बैठा होवे जदों कोई पूरे पुरश दी संगत च जाएगा रंगे होए महापुरख दी संगत ਕਈਆਂ ਕੋਲ ਗੁਰੂ ਨਾਨਕ ਨੇ ਬੋਲ ਹੀ ਇੰਨੇ ਮਿੱਠੇ ਦਿੱਤੇ ਹੁੰਦੇ ਨੇ ਸਮਝਾਉਣ ਦਾ ਤਰੀਕਾ ਹੀ ਏਡਾ ਵਧੀਆ ਹੁੰਦਾ ਸਮਝਾਉਣਾ ਕਿਸ ਤਰੀਕੇ ਨਾਲ ਬੋਲਾਂ ਦੇ ਨਹੀਂ ਸਮਝਾਉਣਾਗਾ ਬੋਲ ਇਸਤੇਮਾਲ ਹੋਣਗੇ ਨਾ ਜ਼ਬਾਨ ਇਸਤੇਮਾਲ ਹੋਏਗੀ ਕਿਤੋਂ ਨਹੀਂ ਸਮਝਿਆ ਉਹ ਬੰਦਾ ਕਿਤੋਂ ਨਹੀਂ ਸਾਰੇ ਸਮਝਾ ਕੇ ਥੱਕ ਜਾਂਦੇ ਨੇ ਹਾਰ ਜਾਂਦੇ ਨੇ ਫਿਰ ਬਾਅਦ 'ਚ ਕਹਿੰਦੇ ਭਾਈ ਸਾਹਿਬ ਜਾਂ ਮਹਾਂਪੁਰਖੋ ਜਾਂ ਗੁਰਮੁਖ ਪਿਆਰਿਓ ਹੁਣ ਤੁਸੀਂ ਹੀ ਸਮਝਾਓ ਹੁਣ ਤੁਸੀਂ ਸਮਝਾਓ ਸ਼ਾਇਦ ਤੁਹਾਡੀ ਗੱਲ ਸੁਣ ਲਵੇ ਕਈ ਵਾਰੀ ਹੁੰਦਾ ਨਾ ਇੱਦਾਂ ਬੋਲਦੇ ਹਾਂ ਕਈ ਵਾਰੀ ਤੁਹਾਡੀ ਗੱਲ ਮੰਨੀ ਜਾ ਸਕਦੀ ਆਪਾਂ ਇੱਦਾਂ ਬੋਲਦੇ ਹਾਂ ਪਰ ਜਦੋਂ ਉਹ ਗੁਰਮੁਖ ਪਿਆਰੇ ਸਮਝਾਉਂਦੇ ਨੇ ਉਹਨਾਂ ਦੀ ਰਸਨਾ ਦੇ ਉੱਪਰ ਗੁਰੂ ਨਾਨਕ ਬੈਠਦੇ ਨੇ ਪ੍ਰਭ ਜੀ ਬਸੈ ਸਾਧਕੀ ਰਸਨਾ ਐਸੇ ਬੋਲ ਮਿੱਠੇ ਹੁੰਦੇ ਨੇ ਐਸੇ ਬੋਲ ਉਹ ਕਲਪਿਆ ਬੈਠਾ ਸੜਿਆ ਬੈਠਿਆ ਮੁਰਝਾਇਆ ਬੈਠਿਆ ਅੰਦਰੋਂ ਸੁੱਕ ਚੁੱਕਾ ਹੋਇਆ ਜਦੋਂ ਮਿੱਠੇ ਬੋਲ ਸੁਣਦਾ ਫਿਰ ਹਰਿਆ ਹੋ ਜਾਂਦਾ ਕੋ ਸਤਨਾਮ ਮਾਨੋ ਜਿਵੇਂ ਜਾਨ ਆ ਗਈ ਹੋਵੇ ਮਾਨੋ ਜਿਵੇਂ ਕੁਮਲਾਇਆ ਹੋਇਆ ਬੂਟਾ ਫਿਰ ਖਿੜ ਗਿਆ ਹੋਵੇ ਫਿਰ ਖਿੜ ਗਿਆ ਹੋਵੇ ਉਹਨਾਂ ਦੇ ਬੋਲ ਕਈ ਵਾਰੀ ਸੁਣਨ ਵਾਸਤੇ ਦੁਨੀਆ ਤਰਸਦੀ ਹੈ ਤਰਸਦੀ ਤਾਂ ਹੀ ਸਾਹਿਬ ਕਹਿੰਦੇ ਨੇ ਬੋਲ ਬੋਲ ਐਸੇ ਬੋਲ ਜਿਹਦੇ ਨਾਲ ਤੇਰੀ ਵੀ ਪੱਤ ਟੱਕੀ ਜਾਵੇ ਤੇ ਤੇਰੇ ਬੋਲਾਂ ਦੇ ਸਦਕਾ ਕਿਸੇ ਦੂਸਰੇ ਦੀ ਵੀ ਪੱਤ ਟੱਕੀ ਜਾਵੇ ਆਖੋ ਸਤਨਾਮ ਬਾਬਾ ਬੋਲੀਏ ਪੱਤ ਹੋਏ ਬੋਲੀਏ ਪੱਤ ਹੋਏ ਬਾਬਾ ਜ਼ਬਾਨ ਹੀ ਹੈ ਜਿਹੜਾ ਤਖਤ ਤੇ ਬਿਠਾ ਦਿੰਦੀ ਧਿਆਨ ਦੇਣਾ ਇਹ ਜ਼ਬਾਨ ਹੀ ਹੈ ਜਿਹੜਾ ਤਖਤੇ ਤੇ ਲਟਕਾ ਦਿੰਦੀ ਉਹ ਕਰਮਾਂ ਵਾਲਿਓ ਅੱਜ
जे शरीर नू ज्ञान दे रहे हैं ते इस शरीर दे अहम अंग नू असी साथ संगत संबोधन कर रहे हैं संबोधन साहिब दे ज्ञान राही कईयां नू बोलन दा समझ नहीं लगती बोलन दा ढंग नहीं आता बस वो बोला करके ही मार खा जाते हैं आखो सतनाम बोला भावें दिल साफ है भावें अंदरों चिट्टे ने पर कई बोल ऐडे काले होंगे ने बोल ऐडे माड़े होंगे ने सात संगत हिरदा मिन के रख दें मिन के रख दें हिरदे ताही एक कहा जाता आ जबान है जड़ी तख्त से बिठा दे आ जबान है जड़ी तख्ते ते लटका दे साहिब कहंदे बोली सोच के बोली बाबा बोली है पत होए बोली है पत होए बाबा हर बोलो मेरे भाई गुर सिख हर बोलो हर बोलो मेरे भाई गुर सिख हर बोलो हर बोलत सब पाप लह जाई हर बोलत सब पाप लह जाई हर बोलत सब पाप लह जाई हर आप ले जाई हर बोलो हर बोलो हर बोलो मेरे पाई गुर सिख हर बोलो मेरे पाई गुर सिख हर बोलो कहते जे बोलना ही है ना बोल संतन स्यों बोले उपकारी संतन स्यों बोले उपकारी मूरख स्यों बोले चख मारी मूरख स्यों बोले चख मारी मूरख स्यों बोले चख मारी बोलत बोलत बड़े बेकारा बोलत बोलत बड़े बेकारा बिन बोले क्या करे बेचारा बिन बोले क्या करे बेचारा ओ बिन बोले क्या करे बेचारा बिन बोले क्या करे बेचारा ओ कबीर छूछा कट बोले कबीर छूछा कट बोले पर होए सो कबू न डोले पर होए सो कबू न डोले कहते संतन स्यों बोले उपकारी बोल बोलने ही ने कि रसना बोलन वास्ते ही मिली है कहते पर वेख के बोलिया कर जिमें गुरमुखां दी संगत च बहना संतन स्यों बोले उपकारी गुरमुखां दी संगत च बैठे हो तो जितने बोल बोलेगा उपकार वाले होणगे आखो सतनाम अपने ते उपकार करेगा वो बोल तेरे भले दे खातर होणगे ते मूर्ख स्यों बोले चख मारी एक मूर्ख मिल गया एक मूर्ख मिल गया एक नास्तक मिल गया एक तोड़न वाला मिल गया एक कुसंगी मिल गया एक रब तो मुनकर होया मिल गया हुण उहदे नाल तुसीं गल्लां मारन लग जाओ
मारो गल नाम दियां गल्लां होणगियां दसो मैनू सेवा दियां गल्लां होणगियां भले दियां गल्लां होणगियां नहीं उस नास्तिक नाल मिलोगे अधर्मी नाल मिलोगे कुसंगी नाल मिलोगे ओ किते ना किते निंदिया दे बोल होणगे किते ना किते ईरखा दे बोल होणगे किते ना किते माड़े ते गंदे बोल बोल होणगे आखो सतनाम ते साहिब कहिंदे ने मूरख स्यों बोलै चख मारी कुसंगी दी संगत च बैठ के जेड़े बोल कटेगा जेड़े बोल कटेगा कहिंदे चख मारन वाले फिर कहिंदे बोलत बोलत बड़े बेकारा जितना फालतू बोलांगे ना जितना फालतू बोले बेकार वधेगा ऊर्जा वेस्ट होएगी ध्यान देना कदे एक्सपेरिमेंट करके वेखो जेड़ा घट बोलता है कदे एक्सपेरिमेंट करके वेखो जेड़ा बहुत घट बोलता है उहदे बोलना च बड़ा वजन होता है आखो सतनाम बड़ा वजन होता है जदों बोलता है ना फिर सत संगत एन कपाट खोल के रख दें हैरान करके रख दें अवल तो बोलता नहीं जेड़ा घट बोलता उहदे बोलां च ताकत हुंदी सता हुंदी ते जेड़े व्यर्थ बोल बोली जांदे आपां कहिंदे बड़ा बड़ा बोलिया उहदी बोले की अहमियत भी नहीं रह जांदी आखो सतनाम उहदी बोले की अहमियत भी नहीं रह जांदी अहमियत छड्डो कई बार बंदा सुनना ही नहीं चाहता उहदे बोल आखो सतनाम बोलत बोलत बड़े बेकारा कहिंदे बिन बोले क्या करे बेचारा कहते बोलना तो पेगा यह नहीं कि हूं तू बोलेगा नहीं बोलना तो पेगा पर बोली सोच के हूँ बाबा कबीर जी ने निर्णय दिता है कहते कहो कबीर छूछा घट बोले जेड़ा भरिया होया हों ना भांडा कदे वेख्या जे बीबीओ तब तो ज्यादा पता होना भरिया होया भांडा घट बोलता है आपको सतनाम भरिया होया भांडा घट डोलता है बोलता भी घट है डोलता भी घट है क्यों भरिया होया भरिया होया जेड़े नित नेम नाल भरे ने जेड़े अमृत वेले नाल भरे ने जेड़े बंदगी नाल भरे ने और जेड़े परोपकार ते सेवा दे नाल भरे ने ओ घट बोलदे ते घट डोलदे ने आखो सतनाम ना ओ बोलदे बहुत घट बोलदे ते ना ओ डोलदे बाबा कबीर जी कहिंदे कहो कबीर छूछा घट बोले खाली भांडा खड़कदा फिरेगा खाली भांडा डोलदा फिरेगा जेड़ा भरिया है उस थिर विच है उहदे बोलां च ताकत है ओ अपने अंदरले नूं भी तगड़ा रखदा है जेड़ा भरिया है मैं उहदी गल कर रहा हां ओ अपने अंदरले नूं भी तगड़ा रखदा है ते उहदे बोल जदों निकलदे ने डिगे डोले मन नूं भी तगड़ा कर दिंदे ने आखो सतनाम मैं फिर बोलां उहदे बोल जदों निकलदे ने डिगे डोले मन नूं भी तगड़ा कर दिंदे ने मरियां हुईयां जमीरां भी उहदे बोलां दे करके खड़ियां हो जांदियां ने क्यों भरिया होया है आखो सतनाम भरिया होया बाबा बोलिए पत होए होली है पत होए बाबा होली है पत होए होली है पत होए बाबा होली है पत होए होली है पत होए बाबा जबान तो असी की बोलते हैं अज थोड़ी जी विचार गुरु की रोशनी दे विच करनी है गुरु के ज्ञान की रोशनी दे विच करनी है इस जबान तो असी की बोलते हैं तो उहदे की नतीजे ने की नतीजे ने इस जबान तो सब तो पहले सात संगत जी गल करिए मिठे बोल ते कोड़े बोल आखो सतनाम मैं एक एक पक्ष नूं थोड़ा थोड़ा विचारदा जावांगा मिठे बोल
ਕੋਲੇ ਬੋਲ ਸਾਹਿਬ ਦੇ ਦੋਨੋਂ ਬੋਲਾਂ ਦਾ ਵੇਰਵਾ ਦਿੱਤਾ ਹੈ ਦੋਨੋਂ ਬੋਲਾਂ ਮਿੱਠੇ ਬੋਲ ਕਰਕੇ ਨਤੀਜੇ ਕੋੜੇ ਬੋਲ ਕਰਕੇ ਨਤੀਜੇ ਨਤੀਜੇ ਕਿਸ ਚੀਜ਼ ਦੇ ਜੀ ਜਿਹੜੇ ਤੂੰ ਮਿੱਠੇ ਬੋਲ ਬੋਲੇ ਉਹ ਬੋਲ ਕੇ ਤੇਰੇ ਲਈ ਉਹ ਨਤੀਜਾ ਕੀ ਨਿਕਲਿਆ ਤੇ ਦੂਜੇ ਲਈ ਨਤੀਜਾ ਕੀ ਨਿਕਲਿਆ ਤੇ ਕੋਲੇ ਬੋਲ ਬੋਲ ਕੇ ਤੇਰੇ ਲਈ ਕੀ ਨਤੀਜਾ ਨਿਕਲਿਆ ਤੇ ਉਹਦੇ ਲਈ ਕੀ ਨਤੀਜਾ ਨਿਕਲਿਆ ਬੋਲੀਏ ਪਤ ਹੋਏ ਬੋਲੀਏ ਪਤ ਹੋਏ ਬੋਲੀਏ ਪਤ ਪਾਈਏ ਸੋ ਬੋਲਿਆ ਪਰਵਾਣ ਜਿਤ ਬੋਲੀਏ ਪਤ ਪਾਈਏ ਸੋ ਬੋਲਿਆ ਪਰਵਾਣ ਜਿਤ ਬੋਲੀਏ ਪਤ ਪਾਈਏ ਸੋ ਬੋਲਿਆ ਪਰਵਾਣ ਜਿਤ ਬੋਲੀਏ ਪਤ ਪਾਈਏ ਮਿੱਠੇ ਬੋਲ ਤਪਦੇ ਹੋਏ ਮਨ ਨੂੰ ਠਾਰਦੇ ਨੇ ਖਾਂਦੇ ਨੇ ਮਿੱਠੇ ਬੋਲ ਜੀਵਨ ਦਿੰਦੇ ਨੇ ਮਿੱਠੇ ਬੋਲ ਰਿਸ਼ਤੇ ਗੂੜੇ ਗੂੜੇ ਗੰਢਦੇ ਨੇ ਆਪੋ ਸਤਨਾ ਗੂੜੇ ਗੰਢਦੇ ਨੇ ਰਿਸ਼ਤੇ ਮਿੱਠੇ ਬੋਲ ਤੇ ਜਦੋਂ ਮਿੱਠੇ ਬੋਲਾਂ ਦੇ ਨਾਲ ਕੋਈ ਜੁੜ ਜਾਂਦਾ ਮਿੱਠੇ ਬੋਲਾਂ ਦੇ ਨਾਲ ਕੋਈ ਜੁੜ ਜਾਂਦਾ ਉਸ ਜੁੜੇ ਦੀ ਬਰਕਤ ਦੇ ਨਾਲ ਤੇਰੇ ਅੰਦਰ ਵੀ ਠੰਡ ਪੈਂਦੀ ਆ ਕੋ ਸਤਨਾਮ ਕਦੇ ਵੇਖਣਾ ਕਦੇ ਵੇਖਣਾ ਤੁਹਾਡੇ ਬੋਲਾਂ ਦੇ ਨਾਲ ਕੋਈ ਅੰਮ੍ਰਿਤ ਵੇਲੇ ਨਾਲ ਜੁੜ ਗਿਆ ਐਡੇ ਮਿੱਠੇ ਬੋਲ ਸਨ ਐਡੇ ਮਿੱਠੇ ਬੋਲ ਸਨ ਉਹਨੂੰ ਇੰਨੇ ਮਿੱਠੇ ਤਰੀਕੇ ਨਾਲ ਸਮਝਾਇਆ ਇੰਨੇ ਤਰੀਕੇ ਨਾਲ ਸਮਝਾਇਆ ਉਹ ਬੰਦਾ ਕਹਿੰਦਾ ਜੀ ਤੁਹਾਡੇ ਬੋਲਾਂ ਚ ਪਤਾ ਨੀ ਕੈਸੀ ਤਸੀਰ ਹੈ ਤੁਹਾਡੇ ਬੋਲਾਂ ਚ ਪਤਾ ਨੀ ਕੈਸੀ ਕਸ਼ਿਸ਼ ਹੈ ਕੱਲ ਤੋਂ ਮੈਂ ਅੰਮ੍ਰਿਤ ਵੇਲਾ ਸੌਂ ਕੇ ਨਹੀਂ ਗੁਰੂ ਦੀ ਗੋਦੀ ਚ ਬਹਿ ਕੇ ਬਤੀਤ ਕਰਾਂ ਦੋ ਸਾਲ ਬਾਅਦ ਮਿਲਿਆ ਤੁਹਾਨੂੰ ਤਿੰਨ ਸਾਲ ਬਾਅਦ ਮਿਲਿਆ ਪੰਜ ਸਾਲ ਬਾਅਦ ਮਿਲਿਆ ਸਤ ਸਤ ਨਮਸਕਾਰ ਕਰਦਾ ਤੁਹਾਨੂੰ ਤੁਹਾਡਾ ਭਲਾ ਮੰਗਦਾ ਅਦਬ ਦੇ ਨਾਲ ਇਹ ਤੁਹਾਨੂੰ ਕਹਿੰਦਾ ਹੈ ਕਿ ਤੁਹਾਡੀ ਕਿਰਪਾ ਸਦਕਾ ਤੁਹਾਡੇ ਉਹ ਇਨਸਪੀਰੇਸ਼ਨ ਬੋਲਾਂ ਸਦਕਾ ਮੋਟੀਵੇਸ਼ਨਲ ਬੋਲਾਂ ਸਦਕਾ ਅੱਜ ਮੇਰਾ ਅੰਮ੍ਰਿਤ ਵੇਲਾ ਬਣਿਆ ਪਿਆ ਭਾਈ ਸਾਹਿਬ ਤੁਸੀਂ ਉਸ ਵੇਲੇ ਅਗਰ ਮੈਨੂੰ ਇੰਨੀ ਤਾਕਤ ਦੇ ਨਾਲ ਇੰਨੇ ਪਿਆਰੇ ਬੋਲਾਂ ਦੇ ਨਾਲ ਇੰਨੀ ਊਰਜਾ ਦੇ ਨਾਲ ਨਾ ਸਮਝਾਉਂਦੇ ਤੇ ਅੱਜ ਮੇਰਾ ਅੰਮ੍ਰਿਤ ਵੇਲਾ ਨਾ ਹੁੰਦਾ ਗੁਰੂ ਜਾਣਦੇ ਹੈ ਉਹ ਬੰਦਾ ਕਹਿ ਰਿਹਾ ਗੁਰੂ ਜਾਣਦੇ ਨੇ ਉਸ ਦਿਨ ਤੋਂ ਬਾਅਦ ਮੈਂ ਸੌਂ ਕੇ ਨਹੀਂ ਵੇਖਿਆ ਸੱਚ ਜਾਣਨਾ ਜਦੋਂ ਤੁਸੀਂ ਘਰ ਆਓਗੇ ਤੁਹਾਡਾ ਹਿਰਦਾ ਸ਼ਾਂਤ ਤੁਹਾਡਾ ਹਿਰਦਾ ਖਿੜਿਆ ਹੋ ਜਾਏਗਾ ਕੋ ਸਤਨਾਮ ਕਿਉਂ ਤੁਹਾਡੇ ਇੱਕ ਬੋਲ ਨੇ ਕਿਸੇ ਨੂੰ ਜੀਵਨ ਦੇ ਦਿੱਤਾ ਤੁਹਾਡੇ ਇੱਕ ਬੋਲ ਨੇ ਕਿਸੇ ਨੂੰ ਅੰਮ੍ਰਿਤ ਵੇਲਾ ਦੇ ਦਿੱਤਾ ਕਿਸੇ ਇੱਕ ਨੂੰ ਜਿਹੜਾ ਢਾਈਂਦੀ ਕਲਾ 'ਚ ਜਾ ਰਿਹਾ ਸੀ ਇੱਕ ਬੰਦਾ ਸਤਸੰਗ ਜਿਹੜਾ ਮਰਿਆ ਪਿਆ ਬਸ ਇੰਨਾ ਉਹ ਡਿਸਕਰੇਜ ਹੋ ਚੁੱਕਾ ਹੈ ਇੰਨਾ ਜ਼ਿੰਦਗੀ ਤੋਂ ਹਾਰ ਚੁੱਕਾ ਹੈ ਉਹ ਕਹਿੰਦਾ ਹੁਣ ਮੈਂ ਮਰ ਜਾਣਾ ਤੁਹਾਡੇ ਬੋਲ ਸੁਣ ਕੇ ਮਿੱਠੇ ਬੋਲ ਸੁਣ ਕੇ ਮਿੱਠੇ ਬੋਲ ਉਹਨੂੰ ਜੀਵਨ ਜਿਉਣ ਦੀ ਜਾਂਚ ਮਿਲ ਗਈ ਜੀਵਨ ਜਿਉਣ ਦਾ ਰਾਹ ਮਿਲ ਗਿਆ ਤੇ ਜਦੋਂ ਉਹ ਜੀਵਨ ਜਿਉ ਕੇ ਬੁਲੰਦੀਆਂ ਤੇ ਪਹੁੰਚਦਾ ਮੈਂ ਸੱਚ ਕਹਿੰਦਾ ਜੇ ਅੰਦਰ ਬੜਾ ਸਕੂਨ ਐਸਾ ਸਕੂਨ ਮਿਲੇਗਾ ਉਸ ਸਕੂਨ ਦੀ ਸਾਸੰਗ ਤਰੰਗਾਂ ਤੁਸੀਂ ਮਾਣ ਮਾਣ ਕੇ ਨਿਹਾਲ ਹੋਵੋਗੇ ਆਖੋ ਸਤਨਾਮ ਇਹ ਸੱਚਾਈ ਇਹ ਸੱਚਾਈ ਸਾਹਿਬ ਕਹਿੰਦੇ ਨੇ ਜਿੱਤ ਬੋਲੀਏ ਪੱਤ ਪਾਈਏ ਸੋ ਬੋਲਿਆ ਪਰਵਾਣ ਜਿਸ ਬੋਲਣ ਦੇ ਕਰਕੇ ਤੇਰੀ ਪੱਤ ਉੱਚੀ ਹੋਵੇ ਤੇ ਦੂਜਿਆਂ ਦੀ ਵੀ ਪੱਤ ਰਹਿ ਜਾਵੇ ਪੱਤ ਰਹਿ ਜਾਵੇ
कहते ओ बोलिया प्रवान है ओ बोलिया। देखो मिठा बोल बोलन दे लई कोई मुल नहीं लगता जे कहते कोई मुल नहीं पर मिठा बोल बोल के जेड़ा मुल तुहानू मिलेगा वो अमुल है। आखो सतनाम मैं फिर बोल रहा मिठा बोल बोलन वास्ते तुहाडा कोई मुल नहीं लगना जे पर मिठा बोल बोल के जेड़ा मुल तुहानू मिलेगा जेड़ा रिजल्ट मिलेगा ना अमुल होएगा अमुल अमुल उहदा मुल नहीं होएगा। करके वेख कई थावां ते तुसीं सोचिया कदे वेखणा तुसीं कई थावां ते देखदे होवोगे कि आ रिजल्ट जिहड़ा मैनूं मिलदा पिआ ना इह उदों उदों दा मिलदा जदों मैं आ बोल रखे सन। आखो सतनाम जदों मैं आ बोल रखे सन आ मिठे बोल रखे सन आ रिजल्ट मैनूं मिलदा पिआ। साहिब कहिंदे ने जित बोलीऐ पत पाईऐ सो बोलिया परवान जित बोलिए पत पाइए बोलिया परवान जित बोलिए पत पाइए सो बोलिया परवान जित बोलिए पत पाइए मिठे बोलना करके किसी का जीवन बने तो मिठे बोलना करके किसी का नितनेम बने तो मिठे बोलना करके टिकिया टठिया जीवन खड़ा हो जावे निराश होया जीवन खड़ा हो जावे। साहब कहते सो बोलिया परवान। पर एक बेनती मैं करांगा वो मिठा बोल आएगा कितों कितों आएगा वो मिठा बोल सानू बोलना कितों आएगा जदों आ श्री गुरु ग्रंथ साहब महाराज मिठ बोलने दे नाल जुड़ांगे। आखो सतनाम हर सज्जन स्वामी मोरा बोलना जी हर सज्जन स्वामी मोरा मिठ बोलना जी हो संबल थकी जी ओ कदे ना बोले कोड़ा लब लब थक गई ओए कोड़ा बोलना जाने पूरन भगवान है। जे कोई गुरु दे नाल कॉन्टैक्ट च रहेगा कॉन्टैक्ट च रहेगा जेड़े नदी दे बंद टुट जाया करते ने वो छप्पड़ बन जाते ने बदबू मारते ने काइयां जम जांदियां ने मच्छर भिन भिन करते ने ते जेड़े जेड़ा पानी नदी दे नाल तुरिया रहिंदा ना वो किसी दिन समुद्र च जा रहिंदा है। को सतनाम जिस दिन इथों टुट जाओगे श्री गुरु ग्रंथ साहब महाराज तो टुट जाओगे गुरु नानक साहब तो टुट जाओगे सुक जाओगे नहीं सुकोगे तो बदबूदार बन जाओगे गंदले बन जाओगे काई जम जाएगी भाव समझ दे जाना जीवन गर्क हो जाएगा। ओ मिठे बोल तो किते रह गए तुहाडे बोल तो ऐसे निकलणगे हुण अगे सुनी जायो गुरबाणी कोड़े बोलों पर भी आ रही है फिर जदों ओ सोमा अपने स्रोत तो टुट गया स्रोत की सी पिछों झरना वहिंदा सी उहनूं ताजा जल मिलदा सी सोमे नूं ध्यान देना स्रोत तो टुटिया हुण खतम खतम बस स्रोत नाल जुड़िया रहिंदा ते हरियावल सी। आखो सतनाम हरियावल सी। सजना जे तेरे बोल किसी नूं जिंदगी देणगे जे तेरे बोल किसी टिक्के नूं खड़ा करनगे जे किस तेरे बोल मरते हुए नूं जान पा देंगे जान फूक देंगे वो तां तेरे बोल ये सारा काम कर सकेंगे जे तू मिठ बोलने दे नाल जुड़िया रहेगा। को सतनाम जित बोली है पत पाई है सो बोलिया परवान जित बोली है पत पाई है बोल विगोचना सुन मोरख मन अजान पिका बोल विगोचना मन अजान केंदे फिका बोल विगोचना हुण इथों कोड़ा बोल शुरू हो रहा। ये रसना की करती पई है ये रसना
ਆਪਾਂ ਪਹਿਲੇ ਮਿੱਠੇ ਬੋਲ ਤੇ ਕੋੜੇ ਬੋਲ ਤੋਂ ਸ਼ੁਰੂ ਹੋਏ। ਮਿੱਠਾ ਹੋ ਗਿਆ, ਹੁਣ ਕੋੜਾ ਬੋਲ ਆ ਗਿਆ, ਫਿੱਕਾ ਬੋਲ ਆ ਗਿਆ। ਕਹਿੰਦੇ ਫਿੱਕਾ ਬੋਲ ਗੁੱਚਣਾ, ਖਵਾਰ ਕਰੇਗਾ ਤੈਨੂੰ, ਖਵਾਰ ਕਰੇਗਾ। ਸੁਣ ਮੂਰਖ ਮਨ ਅਜਾਣ, ਕਹਿੰਦਾ ਸੁਣ ਓਏ ਸੁਣ। ਹਰ ਬੰਦਾ ਆਪਣੇ ਆਪ ਨੂੰ ਸੁਣਾਵੇ, ਹਰ ਬੰਦਾ ਆਪਣੀ ਰਸਨਾ ਨੂੰ ਸੁਣਾਵੇ, ਆਪਣੇ ਜ਼ਬਾਨ ਨੂੰ ਬੋਲੇ। ਸਵਾਲ ਕਰੋ ਆਪਣੇ ਆਪ ਨੂੰ ਜੀ, ਸਵਾਲ ਕਰੋ। ਦੂਜਿਆਂ ਨੂੰ ਝੱਟ ਸਵਾਲ ਕਰਦੇ, ਤੂੰ ਇੱਦਾਂ ਕਿਉਂ ਬੋਲਿਆ, ਤੂੰ ਇੱਦਾਂ ਕਿਉਂ ਬੋਲਿਆ, ਧਿਆਨ ਦੇਣਾ, ਤੂੰ ਇੱਦਾਂ ਕਿਉਂ ਬੋਲਿਆ। ਉਹ ਕਦੇ ਆਪਣੇ ਆਪ ਨੂੰ ਵੀ ਬੋਲ ਲੈ, ਤੂੰ ਇੱਦਾਂ ਕਿਉਂ ਬੋਲਿਆ। ਉਹਨੇ ਤਾਂ ਬੋਲਿਆ ਬੋਲਿਆ, ਤੂੰ ਇੱਦਾਂ ਕਿਉਂ ਬੋਲਿਆ। ਕਦੇ ਆਪਣੇ ਆਪ ਨੂੰ ਬੋਲਿਆ ਜੇ, ਦੂਜਿਆਂ ਤੇ ਹੀ ਜ਼ੋਰ ਲੈਂਦੇ ਰਹਿੰਦੇ ਆ, ਤੂੰ ਇੱਦਾਂ ਕਿਉਂ ਬੋਲਿਆ। ਉਹ ਕਦੇ ਇੱਥੇ ਵੀ ਉਂਗਲ ਕਰਕੇ ਬੋਲਿਆ ਕਰੋ ਇੱਦਾਂ ਆਪਣੇ ਆਪ ਨੂੰ ਕਿ ਮੇਰੀ ਜ਼ਬਾਨੇ ਤੂੰ ਕਿਉਂ ਬੋਲਿਆ, ਤੂੰ ਚੁੱਪ ਰਹਿ ਜਾਂਦੀ। ਫਿੱਕਾ ਬੋਲ ਵੇ ਗੁੱਚਣਾ, ਸੁਣ ਮੂਰਖ ਮਨ ਅਜਾਣ। ਫਿੱਕਾ ਬੋਲ ਵੇ ਗੁੱਚਣਾ, ਸੁਣ ਮੂਰਖ ਮਨ ਅਜਾਣ। ਇਹ ਸਮਝਾਓ ਆਪਣੇ, ਫਿੱਕਾ ਬੋਲ ਵੇ ਗੁੱਚਣਾ, ਖਵਾਰ ਕਰੇਗਾ ਤੈਨੂੰ ਵੀ, ਤੇਰਾ ਵੀ ਆਗਾ ਖਰਾਬ ਕਰੇਗਾ, ਤੇਰੇ ਵੀ ਮਨ ਦੀ ਸ਼ਾਂਤੀ ਭੰਗ ਕਰੇਗਾ ਤੇ ਦੂਜੇ ਦੀ ਵੀ ਸ਼ਾਂਤੀ ਭੰਗ ਕਰੇਗਾ। ਤੁਸੀਂ ਕਦੇ ਗੌਰ ਕਰਿਓ, ਚਲੋ ਪ੍ਰੈਕਟੀਕਲ ਲੈ ਕੇ ਦੇਖੋ। ਤੁਹਾਡੇ ਕਿਸੇ ਨਾਲ ਬੋਲ ਕਬੋਲ ਹੋਏ, ਕਰਮਾ ਗਰਮੀ ਹੋ ਗਈ, ਬੜੇ ਭੈੜੇ ਬੋਲ ਸ਼ੁਰੂ ਹੋ ਗਏ, ਉਹ ਵੀ ਬਕਵਾਸ ਕਰ ਰਿਹਾ, ਤੁਸੀਂ ਵੀ ਬਕਵਾਸ ਕਰ ਰਹੇ, ਇਹ ਜ਼ਬਾਨ ਗੰਦ ਬੋਲ ਰਹੀ ਹੈ, ਉਹਨੇ ਵੀ ਗੰਦ, ਤੁਸੀਂ ਵੀ ਗੰਦ, ਬੜੀ ਦੇਰ ਬਹਿਸ ਬਸਈਆ ਚੱਲਦੀ। ਹੁਣ ਜਦੋਂ ਕਿਸੇ ਤੀਸਰੇ ਨੇ, ਚੌਥੇ ਨੇ, ਪੰਜਵੇਂ ਨੇ ਆ ਕੇ ਤੁਹਾਡੀ ਬਹਿਸ ਬਸਈਆ ਬੰਦ ਕਰਾਈ, ਉਹ ਬੋਲ ਕਬੋਲ ਬੰਦ ਕਰਵਾਏ, ਤੁਸੀਂ ਘਰ ਆ ਗਏ, ਕਿੰਨੀ ਦੇਰ ਤੱਕ ਮਨ ਅਸ਼ਾਂਤ ਰਹਿੰਦਾ ਆਪਾਂ ਸਤਨਾਮ, ਕਿੰਨੀ ਦੇਰ ਮਨ ਖੁਆਰ ਰਹਿੰਦਾ, ਐ ਬਲੱਡ ਪ੍ਰੈਸ਼ਰ ਤਾਣੂ ਠਾਣੂ ਤਾਣੂ ਠਾਣੂ, ਹਾਈ ਹੋਇਆ ਲੋ ਹੋਇਆ, ਬਲੱਡ ਦਾ ਪ੍ਰੈਸ਼ਰ ਚੜਿਆ ਹੀ ਜਾਂਦਾ, ਹਾਰਟ ਬੀਟ ਵਧੀਆ ਹੁੰਦੀ ਹੈ। ਗੌਰ ਕਰੇ, ਰੋਗ ਲਾ ਲੈਨੇ ਆਪਣੇ ਆਪ ਨੂੰ ਰੋਗ, ਤੇ ਕਿੰਨੀ ਦੇਰ, ਕਿੰਨੀ ਦੇਰ ਮਨ ਅਸ਼ਾਂਤ ਰਹਿੰਦਾ, ਸ਼ਾਂਤ ਕਲਪਦਾ ਰਹਿੰਦਾ, ਉਹਨੇ ਮੈਨੂੰ ਇੱਦਾਂ ਕਹਿਤਾ, ਉਹਨੇ ਮੈਨੂੰ ਇੱਦਾਂ ਕਹਿਤਾ, ਤੇ ਜੋ ਕੁਝ ਤੂੰ ਬੋਲਿਆ ਹੁੰਦਾ ਉਹ ਵੀ ਇਹੀ ਸੋਚਦਾ, ਉਹਨੇ ਮੈਨੂੰ ਇੱਦਾਂ ਕਹਿ ਦਿੱਤਾ, ਇੱਦਾਂ ਕਹਿ ਦਿੱਤਾ, ਇੱਦਾਂ ਕਹਿ ਦਿੱਤਾ। ਇੱਕ ਚੁੱਪ ਸੌ ਸੁੱਖ ਦਾ, ਇੱਕ ਹਵਸ ਸੁਣੀ ਆ, ਇੱਕ ਚੁੱਪ ਸੌ ਸੁੱਖ, ਸੌ ਸੁੱਖ ਉਹਦੇ ਵਾਸਤੇ ਨਹੀਂ, ਸੌ ਸੁੱਖ ਤੇਰੇ ਵਾਸਤੇ ਨੇ, ਆਖੋ ਸਤਨਾਮ। ਉਹ ਸਮਾਂ ਸੰਭਾਲ ਲੈਂਦੋ, ਸੌ ਸੁੱਖ ਮਿਲ ਜਾਂਦੇ, ਅੰਦਰ ਦੀ ਸ਼ਾਂਤੀ ਭੰਗ ਤਾਂ ਨਾ ਆਉਂਦੀ, ਭੰਗ ਤਾਂ ਨਾ ਆਉਂਦੀ। ਆ ਸੁਣੋ ਫਿਰ ਕੀ ਕਹਿੰਦੇ ਸਾਹਿਬ, ਨਾਨਕ ਫਿੱਕੈ ਬੋਲੀਐ ਤਨ ਮਨ ਫੇਕਾ ਹੋਏ, ਬੋਲੋ ਨਾਨਕ ਫਿੱਕੈ ਫਿੱਕੋ ਫਿੱਕਾ ਸਕਦੀ ਹੈ, ਫਿੱਕੋ ਫਿੱਕੀ ਸੋਏ, ਫਿੱਕੋ ਫਿੱਕਾ ਸਕਦੀ ਹੈ, ਫਿੱਕੋ ਫਿੱਕੀ ਸੋਏ, ਫਿੱਕਾ ਦਰ ਕੇ ਸਕਦੀ ਹੈ ਮੂੰਹ ਥੋਕਾਂ ਫਿੱਕੇ ਪਾਏ, ਮੂਰਖ ਆਖੀਏ ਪਾਣਾ ਲੈ ਸਜਾਏ, ਫਿੱਕਾ ਮੂਰਖ ਆਖੀਏ ਪਾਣਾ ਲੈ ਸਜਾਏ। ਇਸ ਤੋਂ ਖੁੱਲੇ ਫੈਸਲੇ ਕੀ ਹੋਣਗੇ, ਕੀ ਫੈਸਲੇ ਹੋਣਗੇ। ਦਾਸ ਨੇ ਅੱਗੇ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਹੈ, ਅੱਜ ਇਸ ਅੰਗ ਨੂੰ ਸਾਹਿਬ ਗਿਆਨ ਦੇ ਰਹੇ ਨੇ ਕੀ ਬੋਲਣਾ ਕੀ ਨਹੀਂ ਬੋਲਣਾ। ਚੰਗਾ ਬੋਲ ਬੋਲ ਕੇ ਤੇਰੇ ਲਈ ਕੀ ਚੰਗਾ ਹੋਏਗਾ ਤੇ ਦੂਜੇ ਲਈ ਕੀ ਚੰਗਾ ਹੋਏਗਾ, ਮਾੜਾ ਬੋਲ ਬੋਲ ਕੇ ਤੇਰੇ ਲਈ ਕੀ ਮਾੜਾ ਹੋਏਗਾ, ਦੂਜੇ ਲਈ ਕੀ ਮਾੜਾ ਹੋਏਗਾ। ਸੁਣ ਸਾਹਿਬ ਕਹਿੰਦੇ, ਨਾਨਕ ਫਿੱਕੇ ਬੋਲੀਏ ਤਨ ਮਨ, ਉਹੀ ਗੱਲ ਆ ਗਈ ਨਾ ਜੀ,
ਫਿੱਕਾ ਬੋਲ ਕੇ ਆਏ ਅੰਦਰੋਂ ਹੁਣ ਫਿੱਕਾ ਹੀ ਚੱਲਦਾ ਪਿਆ ਅੰਦਰੋਂ ਕਲਪਨਾ ਚੱਲਦੀ ਅੰਦਰ ਕਲੇਸ਼ ਚੱਲਦਾ ਪਿਆ ਦੁਬਦਾ ਚੱਲਦੀ ਪਈ ਮਨ ਅਸ਼ਾਂਤ ਹੋਇਆ ਪਿਆ ਨਾਨਕ ਫਿੱਕਾ ਬੋਲੀਏ ਤਨ ਮਨ ਕਹਿੰਦੇ ਫਿੱਕੋ ਫਿੱਕਾ ਸਦੀਏ ਫਿੱਕੋ ਫਿੱਕੀ ਫਿੱਕਾ ਦਰਗੈ ਸੱਟੀਏ ਮੂੰਹ ਥੁੱਕਾ ਫਿੱਕੇ ਪਾਏ ਦਰਗਾਹ ਤੋਂ ਸੁੱਟ ਦਿੱਤਾ ਜਾਂਦਾ ਫਿੱਕੇ ਨੂੰ ਮੂੰਹ ਥੁੱਕਾ ਫਿੱਕੇ ਪਾਏ ਹੁਣ ਆਪੇ ਹੀ ਸਮਝਦੇ ਜਾਇਓ ਸੱਸ ਐਸੀਆਂ ਸਜਾਵਾਂ ਮਿਲਦੀਆਂ ਨੇ ਭੈੜੀਆਂ ਐਸੀਆਂ ਭੈੜੀਆਂ ਸਨ ਮੂੰਹ ਥੁੱਕਾ ਫਿੱਕੇ ਪਾਏ ਕਹਿੰਦੇ ਫਿੱਕਾ ਮੂਰਖ ਆਖੀਐ ਪਾਣਾ ਲੈ ਸਜਾ ਹੈ ਸਾਹਿਬ ਕਹਿੰਦੇ ਮੂਰਖ ਹੈ ਉਹ ਜਿਹੜਾ ਆਪਣੇ ਆਪ ਨੂੰ ਫਿੱਕਾ ਬੋਲ ਕੇ ਤਪਾਉਂਦਾ ਪਿਆ ਤੇ ਦੂਜੇ ਨੂੰ ਵੀ ਤਪਾਉਂਦਾ ਆਪ ਦਾ ਵੀ ਬੇੜਾ ਗਰਕ ਕਰ ਰਿਹਾ ਦੂਜੇ ਨੂੰ ਵੀ ਅਸ਼ਾਂਤ 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 ਕਰ ਰਿਹਾ ਕਈ ਵਾਰੀ ਮੈਂ ਵੇਖਦਾ ਵਾਂ ਸਤਸੰਗ ਬੰਦਾ ਜੁੜਿਆ ਹੁੰਦਾ ਜੁੜੇ ਹੋਏ ਬੰਦੇ ਨੂੰ ਵੀ ਤੇਰੇ ਕੋੜੇ ਬੋਲ ਤੋੜ ਕੇ ਰੱਖ ਦਿੰਦੇ ਨੇ ਖਾਲੀ ਗੁੱਸੇ ਦੇ ਕੋੜੇ ਬੋਲ ਨਹੀਂ ਉਹ ਵੀ ਕੋੜੇ ਬੋਲ ਨੇ ਤੇ ਉਹ ਵੀ ਮਾੜੇ ਕੋੜੇ ਗੰਦੇ ਬੋਲ ਨੇ ਜਿਹੜੇ ਕਿਸੇ ਨੂੰ ਗੁਰੂ ਤੋਂ ਤੋੜਨ ਕਿਸੇ ਨੂੰ ਅੰਮ੍ਰਿਤ ਵੇਲੇ ਤੋਂ ਤੋੜਨ ਕਿਸੇ ਨੂੰ ਸਤ ਸੰਗਤ ਤੋਂ ਤੋੜਨ ਉਹ ਵੀ ਕੋੜੇ ਬੋਲ ਉਹ ਵੀ ਫਿੱਕੇ ਬੋਲ ਕਈ ਵਾਰੀ ਸਾਕਤ ਸੰਗ ਖੜੇ ਹੋਵੋ ਨਾ ਤੁਸੀਂ ਕਹੋ ਜੀ ਮੈਂ ਜਾਣਾ ਤੁਹਾਡੇ ਦੋਸਤ ਯਾਰ ਕਹਿਣਾ ਕਿੱਥੇ ਜਾਣਾ ਯਾਰ ਉਹ ਮੇਰੇ ਸਤਸੰਗ ਦਾ ਵੇਲਾ ਹੋ ਗਿਆ ਉਹ ਚੱਲ ਯਾਰ ਚਲੇ ਜਾਈ ਕੀ ਫਰਕ ਪੈ ਗਿਆ ਆਮ ਰੂਟੀਨ ਦੀ ਮੈਂ ਗੱਲ ਕਰ ਰਿਹਾ ਜੀ ਚੱਲ ਕੋਈ ਨਹੀਂ ਚਲੇ ਜਾਈ ਰੋਜ਼ ਜਾਂਦਾ ਹੀ ਪੰਜ ਮਿੰਟ ਯਾਰਾਂ ਨਾਲ ਵੀ ਖੜੇ ਹੋ ਜਾਈ ਯਾਰ ਏਦਾਂ ਹੀ ਹੁੰਦਾ ਪੰਜ ਮਿੰਟ ਯਾਰਾਂ ਨਾਲ ਵੀ ਖੜੇ ਹੋ ਜਾਈ ਯਾਰ ਉਹ ਪੰਜ ਮਿੰਟ ਨਹੀਂ ਖੜਾ ਕਰ ਰਹੇ ਤੈਨੂੰ ਸਤਸੰਗ ਤੋਂ ਤੋੜ ਰਹੇ ਨੇ ਉਹਨਾਂ ਦੇ ਬੋਲ ਤੈਨੂੰ ਤੋੜ ਗਏ ਉਹ ਬੋਲ ਕਸੂਤ ਬੋਲ ਉਹ ਬੋਲ ਕੋੜੇ ਬੋਲ ਉਹ ਬੋਲ ਮਾੜੇ ਬੋਲ ਫਿੱਕੇ ਬੋਲ ਕਿਸੇ ਦਾ ਸਤਸੰਗ ਖਾ ਗਏ ਆਖੋ ਸਤਨਾਮ ਖਾ ਗਏ ਭੁਗਤਾਨ ਭੁਗਤਣਾ ਪਏਗਾ ਉਹਨਾਂ ਬੋਲਾਂ ਨੂੰ ਭੁਗਤਣਾ ਪਏਗਾ ਜਿਹੜੇ ਬੋਲ ਤੁਹਾਨੂੰ ਸਤਸੰਗ ਤੋਂ ਤੋੜਨ ਸਾਹਿਬ ਕਹਿੰਦੇ ਨੇ ਉਹਨਾਂ ਬੋਲਾਂ ਦਾ ਸੰਗ ਨਾ ਕਰਿਆ ਕਰੋ ਉਹ ਬੋਲ ਵਾਲੇ ਜੀਵਨ ਦਾ ਸੰਗ ਨਾ ਕਰਿਆ ਕਰੋ ਤਾਂ ਹੀ ਤਾਂ ਸਾਹਿਬ ਕਹਿੰਦੇ ਨੇ ਸਾਕਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ ਦੂਰੋਂ ਜਾਈਏ ਭਾਗ ਦੂਰੋਂ ਹੀ ਕਿਨਾਰਾ ਕਰ ਜਾ ਪਤਾ ਹੈ ਜਦੋਂ ਇਹਦੇ ਨਾਲ ਖੜਾ ਹੋਵਾਂਗਾ ਇਹਦੇ ਬੋਲ ਮੈਨੂੰ ਤੋੜਨਗੇ ਇਹਦੇ ਬੋਲ ਮੈਨੂੰ ਤੋੜਨਗੇ ਮੇਰਾ ਅੰਮ੍ਰਿਤ ਵੇਲਾ ਖਾ ਜਾਣਗੇ ਮੈਨੂੰ ਸਤਸੰਗ ਤੋਂ ਤੋੜਨਗੇ ਮੇਰਾ ਨਿਤਨੇਮ ਤੋੜਨਗੇ ਦੂਰੋਂ ਜਾਈਏ ਭਾਗ ਕਿਨਾਰਾ ਕਰ ਜਾ ਸਤਸੰਗ ਇਸ ਲਈ ਸਾਹਿਬ ਵਾਰ ਵਾਰ ਗਿਆਨ ਦਿੰਦੇ ਨੇ ਜਿੱਤ ਬੋਲੀਏ ਪੱਤ ਪਾਈਏ ਸੋ ਬੋਲਿਆ ਪਰਵਾਨ ਜਿੱਤ ਬੋਲੀਏ ਪੱਤ ਪਾਈਏ ਸੋ ਬੋਲਿਆ ਕੋਲੇ ਬੋਲਾਂ ਦਾ ਰਿਜ਼ਲਟ ਵੇਖੋ ਜੀ ਐਸਾ ਘਾਉ ਦਿੰਦੇ ਨੇ ਐਸਾ ਦਰਦ ਦਿੰਦੇ ਨੇ ਬਾਹਰਲਾ ਘਾਉ ਬਾਹਰਲਾ ਜ਼ਖਮ ਉਹਦਾ ਦਰਦ ਫਿਰ ਇੱਕ ਨਾ ਇੱਕ ਦਿਨ ਖਤਮ ਹੋ ਸਕਦਾ ਹੈ ਕਿਤਨੇ ਦਿਨ ਰਹੇਗਾ ਜੀ ਹਫ਼ਤਾ ਦੋ ਹਫ਼ਤੇ ਮਹੀਨਾ ਦੋ ਮਹੀਨੇ ਚਾਰ ਮਹੀਨੇ ਦਸ ਮਹੀਨੇ ਸਾਲ ਇੱਕ ਜ਼ਖਮ ਦਾ ਕਿਤਨੀ ਦੇਰ ਦਰਦ ਰਹੇਗਾ ਪਰ ਸੱਚ ਜੇ ਆ ਜਿਹੜੇ ਬੋਲ ਖਾਓ ਦੇ ਦਿੰਦੇ ਨੇ ਨਾ ਕਈ ਵਾਰੀ ਸਾਲਾਂ ਤੱਕ ਉਹਦਾ ਦਰਦ ਉਹਦੀਆਂ ਚੀਸਾਂ ਪੈਂਦੀਆਂ ਰਹਿੰਦੀਆਂ ਆਖੋ ਸੱਤ ਨਾਮ ਚੀਸਾਂ ਪੈਂਦੀਆਂ ਨੇ ਦੁਨੀਆਂ ਦਾ ਘਾਉ ਦਿੱਤਾ ਸਰੀਰ ਦੇ ਉੱਪਰ ਉਹਦਾ ਦਰਦ ਫਿਰ ਆਰਾਮ ਆ ਸਕਦਾ ਉਹਦਾ ਡਾਕਟਰ ਹੈ ਪਰ ਜਿਹੜਾ ਸਾਧ ਸੰਗਤ ਅੰਦਰਲਾ ਘਾਉ ਕਿਸੇ ਨੇ ਦੇ ਦਿੱਤਾ ਸੋਚ ਕੇ ਬੋਲਿਆ
साहिब कहते फिक्का बोल विगुचना फिक्का बोल विगुचना सुना मूरख मन ओ मेरे मूरख मन सुन ओ काओ ना दई कि 10 साल बाद बोलन वाला तो भुल गया तुसी बोल के भुल गए पर जिन्नू काओ दिता सी ना वो अज भी रोंदा पे 10 साल बाद ही मिलेगा तुसी भावे गलवकड़ी पा के मिलदे पे हो पर ओ ता हले भी दर्द विच रोंदा पिया को सतना तुसी भुल गए पर जिन्नू काओ दिता वो अज भी याद रखदा पे खुआर होएगा तू फिक्का बोल भी गुजना सुन मूरख मन जा इसलिए सत्संग ये रसना जड़ी मिली इनू ऐसे बोलां ते लाओ गुरु दा संग करके ऐसे बोलां ते लाओ सत संग करके ऐसे बोलां ते लाओ जदों बोले ते मिठा मिठा बोले आप सतना जित बोलिए पत पाईए सो बोलिया फरमा जित बोलिए पत पाईए सो बोलिया फरमा जित बोलिए पत पाईए सो बोलिया फरमा जित बोलिए पत पाईए गल ध्यान रखियो आ बड़ी कमाल दी गल जी जदों मूड खराब होवे ना ध्यान देना जदों मूड खराब होवे जदों गुस्सा चढ़िया होवे उदों ना बोलिया करो उदों चुप भली ये बन लो अज गुरु नानक दी बारगाह च बैठे हो ना जे ये नहीं तुहाडे कोल हो सकदा ते झोलियां अड अड मंगो सच्चे पातशाह जो अज सुन रहे हैं तेरी बार गाह च बैठे हाँ तेरी गोदी च बैठे कर कृपा झोली पा मैं अभ्यास करा जदों मूड ठीक ना होवे बोलां नूं संकोच कर लिया करो माड़े बोल ना बोले क्योंकि मूड ठीक नहीं होएगा उदों माड़े बोल ही बंदा बोलदा है मूड ठीक करन दे बड़े मौके मिल जाणगे पर एक वारी बोल बोलिया गया उहनूं ठीक करन दे मौके नहीं मिलने नहीं मिलने वो तो तीर निकल गया वो तीर निकल गया और एक गल अज कलेश क्यों है घर क्यों है जी कलेश घर दे विच क्यों कलेश है एक बोलदा है कोड़ा अगों शेर नूं टकरदा है सवा शेर और कोड़ा वो अगों होर कोड़ा वो अगों होर कोड़ा ऐसे कलेश पैंदे ने वो कलेश कई वारी कचहरियां तक पहुंच जाते हैं कोटा तक पहुंच जाते हैं तलाकों तक पहुंच जाते हैं आखो सतना रसना तो ही शुरू होता है ना काम जी कितों शुरू होता है मैंने फोन आया जी वो बच्ची को 7 महीने हुए थे ब्याह को खाली 7 महीने सुनो सुनो 7 महीने खाली तो घर आके बैठी हुई तो मैंने उसके पिता जी का फोन आया माता जी का तो मैंने क्या उन्होंने कहते जी दसो की करिए मैं कह जी बच्ची भेजण का मन है थोड़ा कहते जी कमाल कर दो बच्चियां सहरे घर सोहनियां लगदियां सोभदियां तो मैं क्या फिर पेके घर क्यों बिठाई हुई जे अगो सद ना इतने क्यों बिठाई जी कहते बस लड़के आ गई मैं कह दियो बच्ची फोन दियो वो बच्ची नाल दास ने गल की मैं कह बेटा गल कितों शुरू हुई कहते जी बड़ा माड़ा बोलते ने बड़ा इदा करते ने बड़ा उदा करते हैं चाहते हैं बड़ा इंज बोलते बड़ा उंज बोलते मैं क्या फिर तू भी अगों शेर नूं सवा शेर टकरदी होएगी सच दस कहिंदे फिर जवाब नहीं देना जी कहिंदे ना कहिंदे फिर जवाब नहीं देना मैं क्या बस ताई तो बैठी हुई है घर अगों सतना चर लैंदी बेटा लंघा देंदी उपरों ना सुखी रहिंदी बुरा ना मनना फिर मैं उत्थे एग्जाम्पल दित्ती उहनूं अपनी घर वाली ये बड़ा बड़ा गुण जे मेरी घर दी दा हुण कई बारी इंसान बंदा उच्चा नीचा बोलना पैंदा गुण जे बीबी दा दास दी जिन्ना मर्जी मैं बोलना सा संगत इन्हें चुप चुप
ਬੋਲਣਾ ਨਹੀਂ ਅੱਗੋਂ ਨਹੀਂ ਬੋਲਣਾ। ਮੈਂ ਉਹੀ ਬੱਚੀ ਨੂੰ ਆਪਣੀ ਮਿਸਿਸ ਦੀ ਮੈਂ ਇਗਜ਼ਾਮਪਲ ਦਿੱਤੀ, ਮੈਂ ਕਿਹਾ ਮੈਂ ਜਿੰਨਾ ਮਰਜ਼ੀ ਬੋਲਣਾ ਉਹ ਨਹੀਂ ਬੋਲਦੀ, ਹੁਣ ਜਦੋਂ ਮੈਂ ਠੰਡਾ ਹੋ ਜਾਣਾ ਫਿਰ ਬੋਲਦੀ ਹੈ, ਆਖੋ ਸੱਤ ਨਾਮ ਫਿਰ ਬੋਲਦੀ, ਆ ਢੰਗ ਹੈ ਫਿਰ ਬੋਲਦੀ। ਦੱਸੋ ਜੀ ਆਹ ਗੱਲ ਕਿਉਂ ਬੋਲੀ ਸੀ, ਤੁਹਾਨੂੰ ਸੋਭਦੀ ਸੀ? ਹੁਣ ਉਦੋਂ ਜਦੋਂ ਮੈਂ ਠੰਡਾ ਵਾਂ ਉਦੋਂ ਮੇਰਾ ਦਿਮਾਗ ਕੰਮ ਕਰ ਰਿਹਾ, ਗਰਮੀ 'ਚ ਕੰਮ ਨਹੀਂ ਕਰਦਾ ਹੁੰਦਾ ਬੰਦੇ ਦਾ ਦਿਮਾਗ, ਭੁੰਤਰਿਆ ਹੁੰਦਾ। ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋਗੇ ਹੋਰ ਕਰੇਗਾ, ਉਹ ਹੋਰ ਗਲਤੀਆਂ ਕਰੇਗਾ, ਉਹ ਕਹੇਗਾ ਹੁਣ ਮੈਂ ਤੈਨੂੰ ਕਰਕੇ ਵਿਖਾਉਂਦਾ। ਇੱਦਾਂ ਭੁੰਤਰਿਆ ਹੁੰਦਾ ਉਹ, ਉਸ ਵੇਲੇ ਪਸ਼ੂ ਬਣਿਆ ਹੁੰਦਾ ਉਹ, ਬਾਕੀ ਪ੍ਰੇਤ ਬਣਿਆ ਹੁੰਦਾ ਉਸ ਵੇਲੇ। ਮੈਂ ਕਿਹਾ ਬੀਬੀ ਬੇਟਾ ਮੈਂ ਤੈਨੂੰ ਆਪਣੇ ਘਰੋਂ ਇੱਕ ਗੁਣ ਦੇਣ ਲੱਗੇ, ਜਦੋਂ ਮੈਨੂੰ ਗੁੱਸਾ ਚੜਿਆ ਉਹਨੇ ਕੁਝ ਨਹੀਂ ਬੋਲਣਾ, ਚੁੱਪ ਤੇ ਮੈਂ ਪਾਗਲ ਹਾਂ, ਕਿੰਨੀ ਦੇਰ ਬੋਲਦਾ ਰਹੂੰਗਾ, ਮੈਂ ਵੀ ਬੋਲ ਬੋਲ ਕੇ ਚੁੱਪ ਹੋ ਜਾਵਾਂ। ਤੇ ਜਦੋਂ ਮੈਂ ਚੁੱਪ ਹੁੰਦਾ ਵਾਂ ਜਦੋਂ ਉਹਨੇ ਦੇਖ ਲਿਆ ਮੂਡ ਠੀਕ ਹੈ ਫਿਰ ਉਹਨੇ ਰੀਝਾਂ ਲੈਣੀਆਂ ਆਪਣੀ। ਮੈਂ ਕਿਹਾ ਆਹ ਗੁਣ ਵਰਤਦੀ, ਉਹਨੇ ਬੋਲਿਆ ਬੋਲ ਕਬੋਲ ਤੂੰ ਅੱਗੋਂ ਸ਼ੇਰ ਨੂੰ ਪੈ ਗਈ ਸਵਾ ਸ਼ੇਰ, ਕਹਿੰਦੇ ਹਾਂ ਹੁਣ ਦੋ ਮਿੰਟ ਪਹਿਲੇ ਬੋਲਦੀ ਸੀ ਫਿਰ ਬੋਲਣਾ ਨਹੀਂ, ਤੇ ਹੁਣ ਕਹਿੰਦੀ ਹਾਂ ਆਹ ਤਾਂ ਗਲਤੀ ਹੈ, ਆਹ ਤਾਂ ਮੇਰੀ ਗਲਤੀ ਹੈ। ਮੈਂ ਕਿਹਾ ਤੈਨੂੰ ਪਤਾ ਨਾ ਉਹਦਾ ਮੂਡ ਕਦੋਂ ਚੰਗਾ ਹੁੰਦਾ, ਕਹਿੰਦਾ ਜੀ ਉਹ ਤਾਂ ਬਹੁਤ ਚੰਗੇ ਨੇ, ਧਿਆਨ ਦੇਣਾ ਉਹ ਤਾਂ ਬਹੁਤ ਚੰਗੇ ਨੇ। ਤੇ ਮੈਂ ਕਿਹਾ ਹੱਦ ਹੋ ਗਈ ਕਮੜੀਏ, ਬਹੁਤ ਚੰਗੇ ਨੇ ਫਿਰ ਥੋੜ੍ਹਾ ਜਿਹਾ ਝੁੱਕ ਜਾਂਦੀ ਥੋੜ੍ਹਾ, ਬਹੁਤ ਚੰਗੇ ਨੇ ਦਾ ਮਤਲਬ ਕੀ ਹੈ, ਕੁਝ ਕੁਝ ਮਿੰਟ ਸੈਕਿੰਡ ਵਾਸਤੇ ਗਰਮੀ ਖਾਂਦੇ ਨੇ ਨਾ, ਤੇ ਉਸ ਕੁਝ ਮਿੰਟ ਸੈਕਿੰਡ ਨੂੰ ਤੂੰ ਜਰ ਲੈਂਦੀ, ਤੇ ਉਸ ਤੋਂ ਬਾਅਦ ਜਦੋਂ ਬਹੁਤ ਚੰਗੇ ਹੁੰਦੇ ਫਿਰ ਕੋਲ ਬਹਿੰਦੀ ਤੇ ਉਹਨੂੰ ਸਮਝਾਉਂਦੀ ਕਿ ਆ ਦੱਸੋ ਇਹ ਬੋਲ ਕਿਉਂ ਬੋਲੇ, ਫਿਰ ਉਹ ਫੀਲ ਕਰਦਾ ਸੱਚਾਈ ਜੇ, ਉਹ ਫੀਲ ਕਰਦਾ ਕਿ ਵਾਕਈ ਇੱਥੇ ਮੈਂ ਨਜਾਇਜ਼ ਸੀ। ਹੁਣ ਜਦੋਂ ਬੋਲ ਕਬੋਲ ਬੋਲ ਰਿਹਾ ਉਦੋਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਤੂੰ ਨਜਾਇਜ਼ ਹੈ, ਉਹ ਹੋਰ ਬੋਲੇਗਾ। ਜਦੋਂ ਠੰਡਾ ਹੋ ਗਿਆ ਨਾ, ਪਲੈਜ਼ੈਂਟ ਮੂਡ ਦੇ ਵਿੱਚ ਆ ਗਿਆ, ਚੀਅਰਫੁੱਲ ਮੂਡ 'ਚ ਆ ਗਿਆ, ਉਦੋਂ ਉਹਨੂੰ ਜਦੋਂ ਸਮਝਾਓਗੇ ਨਾ ਆਦਮੀ ਫਿਰ ਉਹ ਸਮਝ ਜਾਂਦਾ, ਜਾਂ ਬੀਬੀ ਨੂੰ ਸਮਝਾਓਗੇ ਸਮਝ ਜਾਂਦਾ, ਜੀਵ ਸਮਝ ਜਾਂਦਾ ਜੀ ਜਦੋਂ ਚੀਅਰਫੁੱਲ ਮੂਡ ਹੋਵੇ ਕਿ ਹਾਂ ਨਹੀਂ ਵਾਕਈ ਮੈਂ ਇੱਥੇ ਗਲਤ ਸੀ, ਮੈਂ ਇੱਥੇ ਨਜਾਇਜ਼ ਬੋਲਿਆ ਵਾਂ, ਇੱਥੇ ਗਲਤ ਬੋਲਿਆ ਵਾਂ। ਬੋਲ ਸਹਾਰ ਲਓ, ਬੋਲ ਸਹਾਰ ਲਓ ਗੱਲ ਬਣ ਜਾਏਗੀ, ਆ ਨਹੀਂ ਬੋਲ ਸਹਾਰਦੇ ਤੇ ਤਾਂ ਹੀ ਸੰਗਤ ਸਾਡੇ ਰਿਸ਼ਤੇ ਕਚਹਿਰੀਆਂ 'ਚ ਰੁਲਦੇ ਪਏ ਨੇ, ਕੋਟਾਂ 'ਚ ਰੁਲਦੇ ਪਏ ਨੇ, ਪੰਚਾਇਤਾਂ 'ਚ ਰੁਲਦੇ ਪਏ ਨੇ, ਤਾਂ ਹੀ ਰੁਲਦੇ ਪਏ ਨੇ। ਸਾਹਿਬ ਕਹਿੰਦੇ ਨੇ ਉਹ ਬੋਲ ਉਹੋ ਜਿਹੇ ਬੋਲ ਕਿ ਤੇਰੀ ਵੀ ਪੱਤ ਟੱਕੀ ਜਾਵੇ ਤੇ ਉਹ ਜਿਹੜਾ ਸੁਣ ਰਿਹਾ ਤੇਰੇ ਬੋਲ ਉਹਦੀ ਵੀ ਪੱਤ ਟੱਕੀ ਜਾਵੇ। ਜਿੱਤ ਬੋਲੀ ਹੈ ਪੱਤ ਪਾਈ ਹੈ ਸੋ ਬੋਲਿਆ ਪਰਵਾਣ, ਜਿੱਤ ਬੋਲੀ ਹੈ ਪੱਤ ਪਾਈ ਹੈ ਸੋ ਬੋਲਿਆ ਪਰਵਾਣ। ਜਿਤਨੇ ਮਰਜ਼ੀ ਤੁਸੀਂ ਕੱਪੜੇ ਦਾਨ ਕਰਕੇ ਕਿਸੇ ਦਾ ਨੰਗੇਜ ਢੱਕ ਦਿਓ, ਸੁਣੋ, ਜਿਤਨਾ ਮਰਜ਼ੀ ਕੱਪੜੇ ਦਾਨ ਕਰਕੇ ਕਿਸੇ ਦਾ ਨੰਗੇਜ ਢੱਕ ਦਿਓ, ਜੇ ਰਸਨਾ ਨੇ ਕਿਸੇ ਦੇ ਪਰਦੇ ਨੰਗੇ ਕਰ ਦਿੱਤੇ, ਧਿਆਨ ਦੇਣਾ, ਜੇ ਤੁਹਾਡੀ ਰਸਨਾ ਨੇ ਪਰਦੇ ਨੰਗੇ ਕਰਤੇ ਕਿਸੇ ਦੇ, ਫਿਰ ਬੰਦੇ ਕੋਡੀ ਦੇ ਨਹੀਂ, ਆਖੋ ਸਤਨਾਮ, ਫਿਰ ਉਹ ਬੰਦਾ ਕੋਡੀ ਦਾ ਨਹੀਂ। ਕੀ ਫਾਇਦਾ ਕੱਪੜੇ ਦਾਨ ਕਰਕੇ ਤੁਸੀਂ ਤਨ ਢੱਕਦੇ ਪਏ ਹੋ ਤੇ ਜ਼ਬਾਨ ਦੇ ਨਾਲ ਉਹਦੇ ਕੱਪੜੇ ਲਾਂਦੇ ਪਏ, ਜ਼ਬਾਨ ਦੇ ਨਾਲ ਉਹਦੀ ਇੱਜ਼ਤ ਮਲੀਨ ਕਰਦੇ ਪਏ, ਜ਼ਬਾਨ ਦੇ ਨਾਲ ਉਹਦੇ ਪਰਦੇ ਨੰਗੇ ਕਰਦੇ ਪਏ। ਲੱਖ ਲਾਣ ਤੇ ਐਸੀ ਜ਼ਬਾਨ ਨੂੰ, ਅੱਗੇ ਸੁਣਿਓ ਮਾਲਕ ਕੀ ਕਹਿੰਦੇ ਉਸ ਜ਼ਬਾਨ ਦੇ ਬਾਰੇ, ਕਹਿੰਦੇ ਜਲ ਜਾਵੇ ਉਹ ਜ਼ਬਾਨ, ਸੌ ਖੰਡ ਹੋ ਜਾਵੇ ਜ਼ਬਾਨ। ਬਾਬਾ ਨਾਮਦੇਵ ਜੀ ਕਹਿੰਦੇ ਸੌ ਖੰਡ, ਸੌ ਟੋਟੇ ਹੋ ਜਾਣ ਉਸ ਜ਼ਬਾਨ ਦੇ, ਜਿਹੜਾ ਜ਼ਬਾਨ ਬੋਲਣਾ ਨਹੀਂ ਜਾਣਦੀ, ਜਿਹੜਾ ਜ਼ਬਾਨ ਪਰਦੇ ਨੰਗੇ ਕਰਦੀ, ਜਿਹੜਾ ਜ਼ਬਾਨ ਕਿਸੇ ਦੇ ਹਿਰਦੇ ਨੂੰ ਹਲੂੰਦਰਦੀ ਹੈ, ਆਖੋ ਸਤਨਾਮ, ਹਲੂੰਦਰਦੀ ਹੈ। ਸੰਗਤ ਜੀ ਅਗਰ ਕਿਸੇ ਦਾ ਕੋੜਾ ਬੋਲ ਤੁਸੀਂ ਸੁਣ ਰਹੇ ਹੋ ਉਹਦਾ ਜਵਾਬ ਅਗਰ ਦੇਣਾ ਹੈ ਨਾ, ਸੁਣੋ, ਅਗਰ ਕਿਸੇ ਦਾ ਕੋੜਾ ਬੋਲ ਸੁਣ ਰਹੇ ਉਹਦਾ ਜਵਾਬ ਦੇਣਾ ਨਾ, ਕੋੜੇ ਬੋਲ ਨਾ ਦਿਓ, ਚੁੱਪ ਨਾਲ ਦਿਓ, ਆਖੋ ਸਤਨਾਮ, ਉਹਦਾ ਜਵਾਬ ਚੁੱਪ ਨਾਲ ਦਿਓ। ਕਦੇ ਅਜ਼ਮਾ ਕੇ ਵੇਖਣਾ, ਕਰੋ ਐਕਸਪੈਰੀਮੈਂਟ,
अगर किसी दे कोड़े बोल दा जवाब देना चित आ गया मैं जवाब देना अगों कोड़े बोलना ना देना चुप नाल देना इहदा फायदा की होएगा सुनो एक तुहाडी कमाई नहीं डुलेगी तुहाडी कमाई नहीं डुलेगी एक मन अशांत नहीं होएगा ध्यान देना एक रिश्ते बचे रहेंगे आखो सतनाम पहला सब तो पहला तुहाडी कमाई नहीं डुलेगी तुहाडी कमाई नहीं डुलेगी मन अशांत नहीं रहेगा रिश्ते बचे रहेंगे जवाब दियो जरूर जवाब दियो पर चुप रह के चुप रहना बड़ा वड्डा जवाब होंदा है चुप रहना बड़ा वड्डा संकेत होंदा है नाराजगी दा आखो सतनाम कई बार वेखना मियां बीबी नाराज होना एक बोली जाए बोल दूजा चुप चुप लास्ट ना बोलने वाला कहना हूं बोलती नहीं ऐसा ही होता है हूं बोले ता माड़ी ना बोले ता माड़ी आखो सतनाम हूं बोलती नहीं बोले तो तू फिर होर बोलेगा हूं नहीं बोलती तो तेरे मन च कुरबल कुरबल हो ही बोलती तो कहते नाराज हो गई आखो सतनाम ना बोल के तुसी एक सुनेहा दे दिता है ना बोल के अपनी जबान को चुप रख के एक मैसेज पास कर देता है वह मैसेज जेड़ा उन्हें सोचण ते मजबूर कर देता है मैं माड़ा बोल गया आखो सतनाम मैं माड़ा बोल गया इसलिए अज्ञान दे जित बोलिए पत पाई है सो बोलिया परवान जित बोलिए पत पाई है सो बोलिया परवान रसना फिक्का बोलना रसना फिक्का बोलना नित नित होए खुआर नित नित होए खुआर रोज खुआर होएगी रसना जे फिक्का बोलेगी रसना फिक्का बोलना नित नित होए खुआर बोलो रसना फिक्का नित होए खुआर नित नित होए खुआर आह नित नित होए खुआर नित नित होए खुआर जित बोलिए पत पाइए सो बोलिया परवान जित बोलिए गुरसिख मिठा बोलना गुरसिख मिठा बोलना नेव चलना गुरसिख परवाना कहते जित बोली है पत पाई साहब ने देख लो कैसी एग्जाम्पल दी भाई गुरदास जी ए बोल बोलते हैं कहते गुरसिख मिठा बोलना देना जेड़ा गुरु का सिख है गुरु की सिख लैके चलता है गुरु की मत लैके चलता है गुरु की गोदी च बह के गुरु नूं समझ के चलता है उन्हीं कोड़ा बोलता उन्हीं रिश्ते खराब करता उन्हीं अपनी अंदरली शांति भंग करता उन्हीं झूरदा माड़े बोल बोल के दूजे नूं परेशान नहीं अपने आप नूं परेशान करते असीं आखो सतनाम माड़े बोल बोल के दूजे नूं रोगी नहीं बनाते आप नूं रोगी बनाने आप रोगी बनते हैं आखो सतनाम ब्लड प्रेशर हाई लो करते हैं शुगर उपर थले करवाने हार्ट बीटा वधाने अखां लौल हो जाती गुरसिख नहीं करते गुरसिख मिठा बोलना कहते निव चलना गुरसिख परवान जिहड़ा ईता चलता कहते परवान है परवान है जित बोली है पत पाई है सो बोलिया परवान आखो सतनाम सो बोलिया परवान ते सच्चाई जे इत्थे आके भाई गुरदास जी ने गल खत्म की थी कहिंदे निव चलना गुरसिख परवाना गुरसिख परवाना इदां तू परवान हो जाएगा बारगाह दे विच बाबा बोलिए पत होए हो
बोली है पत होए बाबा से दर उत्तम कही है उत्तम से दर उत्तम कही है नीच कर्म बैरो नीच कर्म बैरो बाबा बोलिए पत हो आओ दो मिनट सिमरन कर लीए सारे ला लो चौंकड़ा सदे बैठो सदे शाबाश सदे नेत्र बंद केवल एक डेढ़ मिनट और गुरु नानक की गोदी च बैठे हो गुरु नानक साहब के पावन स्थान ते भरा लो झोलियां करो नेत्र बंद वेख रहे ने कर्मा वाले ओ वेख रहे ने साहिब दे चरणा दा ध्यान धर के जो बोल रहे ओनु सुनो सारे नेत्र बंद समाधियां ला लो उतर जाओ वाहो दे विच अज जवान दी गल सुनी है रसना दी गल वद तो वद एदे कोलो नाम जपाओ नाम जपाओ हुण तुसीं वाहेगुरु 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 ये बोलण दे नाल तुहाडी पत टकी जाएगी आखो सतनाम पत टकी जाएगी इहो जे बोल बोलो इहो जे बोल बोलो जेड़ा तुहाडी पत जेड़ा दूजियां दी पत भी ढक दे आखो सतनाम ए बड़ा जरूरी पाठ है सतसंग
बड़ा जरूरी पाठ है जीवन का, बड़ा जरूरी पाठ है। ये जबान करके ही सत्संग अज कलेश ने, जबान करके ही लड़ाइया ने। आ छोटी जी जबान है, मत्थे पड़वा के रख देती है फसा तमाम। ये छोटी जी जबान है, भरा नू भरा नाल अड करवा देती है। ये छोटी जी जबान है, देश नाल देश लड़ा देती है। कई जबान बड़ा सोचण दा विषय है, बड़ा सोचण। और जिदे कोल गुरु दी मत है, मैं सच कहिंदा जे जिदे कोल गुरु दी मत है उन्हूं बोलना आंदा है, बोलना आंदा है। वो जानदा है किवें बोलना है, वो अपनी गल भी रख जाएगा, ध्यान देना, अपनी गल भी रख जाएगा ते रिश्ते भी बचा जाएगा। आपको सतनाम, अपनी गल भी रख जाएगा ते सारी गल ढकी दी ढकी भी रह जाएगी। वद तो वद जेड़ा शरीर संगत करदा है, वद तो वद जेड़ा जी संगत करदा है, ज्ञान मिलता चला जाता है, ज्ञान मिलता चला जाता है कि इस शरीर दे नाल मैं की करना, इस शरीर दे अंगां दे नाल मैं की करना है। गुरु साहब की कृपा, मैनू लगता नहीं कि विशा पूरा होएगा। अगला जेड़ा समागम सात संगत अगले हफ्ते का, क्योंकि जेड़ा हुण विशा लिया गया, मैं नहीं चाहता काली काली च बस घोच घोच करके तुर पईए, नहीं। इस तरीके नाल खोलीए कि फिट हो जाए दिमाग च, फिट हो जाए। ते आ टेपां सुन के, आ दवान सुन के कोई पांच दस वीह सौ पंजाह कोई सात संगत अपने अंगां कोलों गुरु मुताबक सेवा लैनी शुरू कर देवे, दीवाना दा लाभ है। आपको सतनाम, यह सिरा लग जाएगा दीवान। और कई सात संगत दास नूं फीडबैक मिलती पई है, आ दीवान जिहड़े चैनलां च आंदे ने साडा अमृत वेला बन गया, कई कहिंदे नितनेम बन गया, कई कहिंदे जी आ हो गया, कई कहिंदे जी आ उगुण छड़। स्वाद आया ना जी, स्वाद आया। एक बंदे ने मैनू कहा, कहिंदे जी तुसी दस्या सी अमृत वेले बारे, कहिंदे मैं जिंदगी च कदे नहीं सोच सकदा सी मैं जागांगा, पर कहिंदे तुसी एक जुगती दित्ती सी। मैं कहड़ी जुगती आ? कहिंदे एक जुगती दित्ती सी, कहिंदे मैं उह जुगती अपनाई, कहिंदे जी कमाल हो गई, गुरु नानक साहब दी एडी मेहर होई, कहिंदे अज मेरा बड़ा तगड़ा वरत वेला गुरु साहब दी बख्शिश। मैं की कहिंदे तुसी कहा सी हर महीने पंद्रह पंद्रह मिनट घटाओ नींद दे, मैं कहा हाँ हाँ क्या सी, कहिंदे जी मैं दस घंटे सौंदा सी जी, दस दस घंटे। कहिंदे मेरे माँ प्यो दुखी, मेरा भरा दुखी, सारे दुखी मेरे को, कहिंदे कोई काम काज कर लिया कर, मंजा तोड़दा रही मैं। कहिंदे पता नहीं नाश्ता खांदा पिया सी ते सवेरे तुहाडी टेप चलदी पई ते ऐसी गल वजी मन नूं कि यार नहीं दस दस घंटे आ सिस्टम ठीक है, पंद्रह पंद्रह मिनट घटाइए सैट हो जू काम। उत्थे दास ने कहा सी, मैं कहिंदे देखो पंद्रह पंद्रह मिनट घटाओगे ना तुहाडा शरीर खराब भी नहीं होएगा। हुण जिहड़ा एक सत्त अठ घंटे की नींद लै रहा, मान लो मैं उन्हूं कहां जी तीन घंटे की नींद लो, चार घंटे की नींद लो, शरीर खराब हो जाएगा तुहाडा, भुखे हो जाओगे। ते जे यही पंद्रह पंद्रह मिनट घटाते आते चले जाओगे, तुसी ढाई घंटे नींद लोगे ना तो भी शरीर खराब नहीं होएगा, और ढाई घंटे तुहाडी नींद पूरी भी हो जाएगी, तीन घंटे च हो जाएगी, चार घंटे च। यह एक अभ्यास बन जाता, प्रैक्टिस मेक्स द मैन परफेक्ट। कहते जी मैं पंद्रह मिनट पंद्रह मिनट पंद्रह मिनट पंद्रह मिनट घटाते, कहते अज मेरी नींद रह गई साढ़े चार घंटे की। आखो सतना, साढ़े चार, साढ़े चार घंटे की रिष्ट पुष्ट खड़ा। मैं कहो कि बीमारी बुमारी तो नहीं लगी आ, ठीक है? कहते जी बिल्कुल कायम। तो कहते अमृत वेले ढाई बजे गुरु बाबा जी मैं जगाते, ढाई बजे ये शरीर मैं मिलया सी मिठा टवाने, मिठा टवाने अपना महापुरख हुशियारपुर, उत्थे दीवान सी साडा। तो मैं उन्हें मैं गड्डी च बह गया सी, मैं रोके कहते जी एक मिनट तुहाडे नाल गल करनी, मैं दसो। कहिंदा जी सवेरे ढाई बजे जागदा गुरु साहिब जगांदे, तीन घंटे का नितनेम मालक ने बनाता, चार घंटे की नींद है। कहिंदा स्वाद आ गया जीवन का जी, आखो सतनाम, स्वाद आ गया। मैं गड्डी तो उतरिया बह गया सी, मैं गड्डी तो उतरिया गलवकड़ी च लिया उस बंदे,
उस बच्चे नू कलवकड़ी चे लिया। मैं कहा सजना सुनिया तो बड़िया नहीं होएगा, सुनिया तो लखा नहीं होएगा, कमा तू गया बख्शिश का पात्र तू बन गया, तो सतनाम तू बन गया। इसलिए पता नहीं होंगे केड़ा बोल किनू बज जाए, कोच कोच जी गल करके निकल जाइए स्वाद नहीं। के जबान बड़ा अहम हिस्सा है, बड़ा अहम रोल अदा करती। इसलिए कुछ विचार हुण कुछ विचार सत्संग जिहड़ियां रह गई हैं वो अगले हफ्ते गुरु बाबा जी सेवा लैन मेरे साहब मेरे गुरु नानक साहब आओ। ये जबान नू कही है जबाने हे मेरी रसना हे मेरी जेबा बाबा बोलिए पत होए, बोलिए पत होए बाबा, बोलिए पत होए, बोलिए पत होए। उत्तम से दर उत्तम कही है, उत्तम से दर उत्तम कही है, उत्तम से दर उत्तम कही है, उत्तम से दर उत्तम कही है। ऐना उत्तम बन जा ओ दूजियां दी निगाह च नहीं लोकां दी निगाह च उत्तम बन के की करेगा, गुरु दी निगाह च उत्तम बन। आखो सतनाम सिखा गुरु दी गुरु नानक साहब दी निगाह से उत्तम बन, उत्थे खाते च तेरा उत्तम नाम लिखा जाएगा, उत्तम खाते च तेरा नाम लिखा जाएगा। आखो सतनाम उत्तम से दर उत्तम कही है, उत्तम से दर उत्तम कही है, नीच कर्म बैरो, नीच कर्म बैरो बाबा आए। दास ने पहले ही गल बोली एक एक अंग नू संबोधन हो रहा है, एक एक अंग शरीर का मतलब एक एक अंग नू इशारा हो रहा है। शरीरा मेरे आ, ए शरीरा इस जग में आए कै क्या तुद कर्म कमाया, इस जग में आए कै क्या तुद कर्म कमाया। शरीरा मेरे आ, शरीरा मेरे आ, शरीरा अगर तुहानू ए वीडियो वधिया लगी है तां लाइक करो अते अग्गे शेयर जरूर करो जी।